ठीक ठाक और हमेशा खुश हो रब आपते मेर करे। बिल्कुल गाइस, रब आपते मेर करे, दिन रात तरक्की करो, साडी वीडियो ना इसी तरह एंजॉय करते रहो, लाइक करते रहो, शेयर करते रहो एंड सब्सक्राइब भी करते रहो। सो गाइस, कल जो तुसी इंटरव्यू देखिया सिद्धू मूसेवाले जी दा, तुसी बहुत ज्यादा पसंद किया और बहुत सारे कमेंट आ रहे सी कि जो ऑन एयर ते उन्हां दा लास्ट इंटरव्यू सी, मतलब उन्हां दी डेथ तो 2 तो 3 दिन पहले वाला जो सी, उन्दे ते वीडियो बनाओ। सो बिल्कुल जी, ताड़ा हुक्म सिर मथे। सो वीडियो जो है मैं देखी है, थोड़ी लंबी है, तकरीबन जो है 1.5 घंटे दी आ, ते असी उन्हूं 2 पार्ट च बनावांगे। अज एक पार्ट बनावांगे, एक जो है वह कुछ दिन बाद बनावांगे। सो इस तरह बने रहो साडे नाल और करने वीडियो स्टार्ट करने से पहले रिक्वेस्ट है कि चैनल नू कर लो यार, नाल ही बैल आइकन क्लिक कर लो और दूसरे चैनल भी यार सबसक्राइब करो, उन्हें भी इंशाल्लाह अच्छे अच्छे वीडियो ताडे लई लैके आवांगे, तुहानू अच्छा लगेगा। सो आज फिर करने शुरू और लेट्स स्टार्ट नाउ वीडियो। ਬੰਦੇ ਮੈਨੂੰ ਕਹਿੰਦੇ ਆ ਤੂੰ ਕਾਂਗਰਸ ਜੁਆਇਨ ਕਰ ਲਈ, ਤੇਰੇ ਟਵਿੱਟਰ ਤੇ ਤਾਂ ਫੋਟੋ ਸੱਤਾ ਹੀ ਲੱਗੀ ਹੋਈ। ਮੈਂ ਯਾਰ ਲਾਹੀ ਤਾਂ ਨਹੀਂ ਮੈਂ, ਜੇ ਤਾਂ ਮੈਂ ਪਾਰਟੀ ਜੁਆਇਨ ਕਰਕੇ ਫੋਟੋ ਲਾ ਕੇ ਵੀ ਚੱਕ ਬਈ ਬਾਬਾ ਆਪਣਾ ਰਿਸ਼ਤਾ ਨਿਬੜਿਆ, ਇਸ ਤੋਂ ਬਾਅਦ ਫਿਰ ਮੇਰੀ ਮਾੜੀ ਗੱਲ ਮੇਰੇ ਲੱਗੀ ਹੈ ਯਾਰ। ਸੰਤ ਜਰਨੈਲ ਸਿੰਘ, ਇਹ ਕਿਸੇ ਦੀ ਤੁਸੀਂ ਇੱਜ਼ਤ ਕਰਦੇ ਹੋ? ਕੀ ਉਹ ਗੁਨਾਹ ਹੈ ਕਿਸੇ ਦੀ ਇੱਜ਼ਤ ਕਰਨਾ? ਠੀਕ ਹੈ ਯਾਰ, ਤੁਹਾਨੂੰ ਮਾੜਾ ਲੱਗਦਾ ਹੋਊ, ਮੈਨੂੰ ਨਹੀਂ ਮਾੜਾ ਲੱਗਦਾ, ਤੁਸੀਂ ਮੇਰੀ ਸੋਚ ਬਦਲ ਕਿਵੇਂ ਸਕਦੇ? ਬਿਲਕੁਲ ਠੀਕ ਹੈ ਯਾਰ, ਮੈਨੂੰ ਲੱਗਦਾ ਸੀ ਮੈਂ ਕਰ ਲਿਆ, ਮੈਂ ਕਿਸੇ 'ਤੇ ਥੋਕ ਤਾਂ ਨਹੀਂ ਰਿਹਾ, ਜੇ ਮੇਰੇ 'ਤੇ ਲੱਗੀ ਹੈ ਮੈਂ ਤੁਹਾਨੂੰ ਤਾਂ ਨਹੀਂ ਕਹਿ ਰਿਹਾ, ਤੁਸੀਂ ਵੀ ਲਾਓ। ਉਹੀ ਗੱਲ ਹੈ ਯਾਰ, ਅਸੀਂ ਬੋਲਦੇ ਨੇ, ਸਾਨੂੰ ਕੋਈ ਘਬਰਾਹਟ ਹੀ ਨਹੀਂ ਇਸ ਚੀਜ਼ 'ਚ। ਠੀਕ ਹੈ, ਜਿਹਨੂੰ ਅਸੀਂ ਮੰਨਦੇ, ਜਿਹੜਾ ਸਾਡੇ ਲਈ ਚੰਗਾ, ਸਾਨੂੰ ਚੰਗਾ ਲੱਗਦਾ। ਧਰਨੇ 'ਤੇ ਜਾਂਦੇ ਤਾਂ ਖਾਲਿਸਤਾਨੀ, ਬਾਰਡਰ 'ਤੇ ਜਾਂਦੇ ਤਾਂ ਦੇਸ਼ ਭਗਤ, ਵੀ ਇਹੋ ਜਿਹੇ ਮਾਪਦੰਡਾਂ 'ਚੋਂ ਯਾਰ ਸਾਨੂੰ ਕੱਢ ਦਿਓ। ਜਾਂ ਤੁਹਾਨੂੰ ਜਮਾਂ ਦੇਸ਼ ਭਗਤ ਮੰਨ ਲਓ, ਜਾਂ ਸਾਨੂੰ ਬਾਹਰ ਮੰਨ ਲਓ। ਪਿਓਰ ਸਥਾਨ ਦਾ ਮਤਲਬ ਹੈ ਪਲੇਸ, ਇੱਕ ਪਿਓਰ ਅਤੇ ਯਾਨੀ ਕਿ ਇੱਕ ਸੁੱਚੀ ਜਗ੍ਹਾ। ਯਾਰ ਤੁਸੀਂ ਕੌਣ ਸਾਨੂੰ ਸਿਖਾਉਣ ਵਾਲੇ, ਅਤੇ ਤੁਸੀਂ ਸਾਨੂੰ ਦੱਸੋਗੇ ਸਾਡੇ ਧਰਮ ਦੀ ਇੱਜ਼ਤ ਕਿਵੇਂ ਕਰਨੀ? ਠੀਕ ਹੈ, 100 ਕਮੀਆਂ ਹੋਣਗੀਆਂ, ਮੈਂ ਗਲਤੀਆਂ ਕਰਦਾ ਹੂੰਗਾ, ਕਦੇ ਇੱਕ ਅਕੇਦਨ ਲਈ ਪੈਗ ਵੀ ਲਾ ਲੈਂਦਾ ਹੂੰਗਾ, ਕਦੇ ਕੁਛ ਹੋਰ ਵੀ ਕਰ ਲੂੰਗਾ, ਪਰ ਉਹਨੂੰ ਪਤਾ ਹੈ ਇਹ ਮੇਰਾ ਸਤਿਕਾਰ ਤਾਂ ਕਰਦਾ ਯਾਰ। ਜਿਹਨੂੰ ਪਿੰਡ ਤੋਂ ਬਾਹਰ ਕੋਈ 2 ਬੰਦੇ ਜਾਣਦੇ ਤੱਕ ਨਹੀਂ, ਉਹ ਸਾਨੂੰ ਧਰਮ ਦਾ ਗਿਆਨ ਦਿੰਦਾ। ਅਸੀਂ ਤਾਂ ਇਹ ਪੁੱਛ ਲਓ ਵੀ ਤੁਸੀਂ ਕਿੰਨੇ ਕੁ ਘੈਂਟ ਹੋ ਯਾਰ। ਜਿੱਦਣ ਕੋਈ ਸਾਡੇ 'ਤੇ ਅਕਸਰ ਵਾਲੇ ਸਾਡੇ ਤੋਂ ਕੋਈ ਸਵਾਲ ਪੁੱਛੋ, ਅਸੀਂ ਇੱਥੇ ਬੈਠੇ ਹਾਂ ਜੀ ਭੱਜਣ ਵਾਲਿਆਂ 'ਚੋਂ। ਹੁਣੇ ਜੇ ਜਥੇਦਾਰ ਸਾਹਿਬ ਨੇ ਇੱਕ ਬਿਆਨ ਦਿੱਤਾ ਕਿ ਹਰ ਸਿੱਖ ਲਸੰਸੀ ਹਥਿਆਰ ਜ਼ਰੂਰ ਰੱਖੇ, ਸਾਨੂੰ ਸਾਡੇ ਜਥੇਦਾਰ ਨੇ ਜੋ ਕਹਿਤਾ ਸਾਡੇ ਲਈ ਉਹ ਸਾਡਾ ਹੁਕਮ ਹੈ, ਸਾਡਾ ਫਜ਼ਲ ਹੈ, ਜੋ ਮਰਜ਼ੀ ਬਾਕੀ ਕੋਈ ਐਰਾ ਗੈਰਾ ਕਹੀ ਜਾਵੇ। ਗਿਆਨ ਸਾਨੂੰ ਜ਼ਰੂਰੀ ਹੈ, ਪਰ ਸਾਨੂੰ ਸ਼ਸਤਰ ਗਿਆਨ ਹੋਣ ਦੀ ਵੀ ਲੋੜ ਹੈ। ਪਰਚੇ ਦਰਜ ਕਰਾਤੇ ਉਸ ਸ਼ੌਂਕ ਨੇ ਸਿਆਪੇ ਪਵਾਤੇ ਤੁਹਾਡੇ ਬਹੁਤ ਬਹੁਤ, ਕਹਿੰਦੇ AK-47 ਚਲਾਉਣ ਦਾ ਸ਼ੌਂਕ ਹੈ ਸਿੱਧੂ ਮੂਸੇ ਵਾਲੇ, ਸਾਡਾ ਸ਼ੌਂਕ ਹੈ 47 ਦਾ, ਫਿਰ ਬਾਅਦ 'ਚ ਇਹ ਕਹਿਤਾ ਵੀ ਟੋਏ ਗਨ ਸੀਗੀ ਉਹ, ਫਿਰ ਕਹਿ ਦਿੰਦੇ ਕਿ ਮੈਂ ਚਲਾਈ ਹੈ। ਪਿਛਲੇ 40 ਸਾਲਾਂ ਤੋਂ ਸਾਡੇ 'ਤੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ, ਹਥਿਆਰ ਤਾਂ ਜੀ ਬੁਰੀ ਚੀਜ਼ ਹੈ, ਸਾਡੀ ਆਉਣ ਵਾਲੀ ਪੀੜ੍ਹੀ ਨੂੰ ਟਿਕਟੋਕ ਰੀਲਾਂ 'ਤੇ ਨਚਾਇਆ ਜਾ ਰਿਹਾ, ਅਤੇ ਉਹ ਕਹਿ ਰਹੇ ਨੇ ਤੁਸੀਂ ਡਰੋ ਇਹਨੂੰ, ਇਹ ਅਸਲ ਹੈ, ਇਹਨੂੰ ਹੱਥ ਨਹੀਂ ਲਾਉਣਾ, ਕਿਉਂ ਨਹੀਂ ਲਾਉਣਾ? ਸਾਡੇ ਉਹੀ ਹਥਿਆਰ ਵਾਲੇ ਸਿੱਖਿਆ ਵਾਲੇ ਮੁੰਡੇ ਸਿੱਖ ਰੈਜੀਮੈਂਟ, ਸਿੱਖ 25 ਰੈਜੀਮੈਂਟਾਂ ਸਾਡੀਆਂ ਬਾਰਡਰ 'ਤੇ ਲੜ ਰਹੀਆਂ ਨੇ, ਅਤੇ ਉਹਨਾਂ ਨੂੰ ਕਹਿ ਰਹੇ ਹਥਿਆਰ ਦਾ ਚੱਕੂ, ਫਿਰ ਤੁਸੀਂ ਕੁਛ ਪਾਉਣੇ ਹੋ? 20 ਲੱਖ ਬੰਦੇ ਦੇ ਨਾਮ 'ਤੇ ਰਜਿਸਟਰ ਹੈ ਅਸਲਾ ਐਜ਼ ਆ ਬਾਰਡਰ ਸਟੇਟ, ਕੱਲ੍ਹ ਨੂੰ ਕੋਈ ਦੇਸ਼ ਸਾਡੇ 'ਤੇ ਹਮਲਾ ਕਰਦੇ, ਆਰਮੀ ਯੂਕਰੇਨ ਵਾਂਗੂ ਸਾਡੀ ਆਰਮੀ ਦਾ ਹਾਲ ਹੋ ਜੇ, ਸਾਡਾ 20 ਲੱਖ ਬੰਦੇ ਦੀ ਫੌਜ ਹਥਿਆਰਾਂ ਨਾਲ ਦੇ ਨਾਲ ਖੜੀ ਹੋ, ਆਰ ਆਰ 'ਤੇ ਆ ਜਾਓ, KGF ਤੇ ਆ ਜਾਓ, ਵਾਇਲੈਂਸ ਹੈ ਪੂਰਾ ਫਿਲਮ ਦੇ ਵਿੱਚ, ਨਿਹਰਾ ਵਾਇਲੈਂਸ ਹੈ। ਮੈਂ ਕਹਿੰਦਾ ਮੇਰੇ ਜੇ ਮੈਂ 1000 ਗਾਣਾ ਵੀ ਕੱਢ ਦੂੰ ਇੱਕ ਫਿਲਮ ਦੇ ਬਰਾਬਰ, ਬਿਲਕੁਲ, ਅਤੇ ਫਿਰ ਇੱਕ ਪਾਸੇ ਅਸੀਂ KGF ਦੇ ਬੜੇ ਬੜੇ ਪੋਸਟਰ ਲਗਾਉਂਦੇ ਹਾਂ, ਦੂਜੇ ਪਾਸੇ ਕਹਿੰਦੇ ਪੰਜਾਬ ਵਾਲੇ ਨੂੰ ਗਾਣੇ ਬੰਦ ਕਰ, ਮੋਸਟ ਸਕਸੈਸਫੁਲ ਫਿਲਮ, ਸਭ ਤੋਂ ਜ਼ਿਆਦਾ ਸਕਸੈਸਫੁਲ, ਦੋਹਰਾ ਮਾਪਦੰਡ ਕਿਉਂ? ਮੈਂ ਔਕਾਤ ਰੱਖਦਾ ਬੰਬੇ 'ਚ ਫਲੈਟ ਲੈਣ ਦੀ, ਔਕਾਤ ਰੱਖਦਾ ਕੈਨੇਡਾ ਦੇ ਵਿੱਚ ਘਰ ਲੈਣ ਦੀ, ਔਕਾਤ ਰੱਖਦਾ ਉੱਥੇ ਸਿਟੀਜ਼ਨਸ਼ਿਪ ਲੈਣ ਦੀ,
ਅਹੰਕਾਰ ਨਹੀਂ ਹੈ। ਕੋਈ ਜਦੋਂ ਤਿੰਨ ਕਮਰੇ ਵਾਲੇ ਘਰ 'ਚ ਉੱਠ ਕੇ ਮਹਿਲਾ ਵਾਲਿਆਂ ਨੂੰ ਅੱਖਾਂ ਕੱਢਦਾ, ਉਹਨੂੰ ਮੱਲੋ ਮੱਲੀ ਅਹੰਕਾਰ ਹੋ ਹੀ ਜਾਂਦਾ। ਜਿਹੜੀਆਂ ਸਟੇਜਾਂ 'ਤੇ ਪੱਟਾਂ 'ਤੇ ਥਾਪੀਆਂ ਵੱਜਦੀਆਂ ਜੀ ਜੀ, ਉਹ ਕੀ ਹੈ? ਥਾਪੀ ਦਾ ਮਤਲਬ ਹੁੰਦਾ, ਥਾਪੀ ਹੁੰਦੀ ਹੈ ਜ਼ੋਰ ਦਾ ਪ੍ਰਤੀਕ, ਜੇ ਆਪਾਂ ਦੇਖੀਏ ਕਿ ਜਿਹਦੇ 'ਚ ਜ਼ੋਰ ਆ ਉਹੀ ਥਾਪੀ ਮਾਰਦਾ। ਸਿਆਸਤ ਰਾਸ ਆਈ ਹੈ, ਮੈਨੂੰ ਮੇਰਾ ਕੰਮ ਰਾਸ ਆਇਆ ਹੋਇਆ, ਮੈਨੂੰ ਸਿਆਸਤ ਰਾਸ ਹੋਣ ਦੀ ਲੋੜ ਹੀ। ਇਲੈਕਸ਼ਨ ਜ਼ਰੂਰ ਹਾਰਿਆ ਮੈਂ, ਠੀਕ ਹੈ, ਅਤੇ ਮੈਂ ਜਦੋਂ ਈ ਪੀ ਆਪਦੀ ਕਰੀ ਨਾ, ਦੂਜੇ ਦਿਨ ਬਿਲਬੋਰਡ 'ਤੇ ਸੀ, 73ਵੇਂ ਨੰਬਰ 'ਤੇ ਸੀ ਚਾਰਟ 'ਚ। ਸਿੱਧੂ ਮੂਸੇਵਾਲਾ ਮੁੜ ਤੋਂ ਚਰਚਾ ਦੇ ਵਿੱਚ ਨੇ, ਕਾਰਨ ਬਹੁਤ ਸਾਰੇ ਨੇ। ਸਿੱਧੂ ਮੂਸੇਵਾਲਾ ਦੇ ਨਾਲ ਅੱਜ ਗੱਲਬਾਤ ਕਰਦੇ ਹਾਂ, ਸਾਡੇ ਨਾਲ ਨੇ, ਬਹੁਤ ਸਵਾਗਤ ਹੈ ਬਾਈ ਜੀ। ਥੈਂਕ ਯੂ ਬਾਈ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਕੰਟਰੋਵਰਸੀਆਂ ਕਰਕੇ ਚਰਚਾ 'ਚ ਹੁੰਦੇ ਹੋ, ਅੱਜ ਤੁਹਾਡੇ ਵਿਰੋਧੀ ਅਤੇ ਜਿਨ੍ਹਾਂ ਤੋਂ ਤੁਸੀਂ ਚੋਣ ਹਾਰੇ ਉਹਨਾਂ ਕਰਕੇ ਚਰਚਾ 'ਚ ਨਹੀਂ, ਮੈਂ ਜੀ ਆਪਦੇ ਕੰਮ ਕਰਕੇ ਚਰਚਾ 'ਚ ਹੁੰਦਾ, ਅਤੇ ਕੰਟਰੋਵਰਸੀਆਂ ਜੋ ਤੁਹਾਡਾ ਕੰਮ ਚੰਗਾ ਹੁੰਦਾ ਆਪੇ ਆਪ ਨਾਲ ਨਾਲ ਜੁੜੀ ਜਾਂਦੀਆਂ ਰਹਿੰਦੀਆਂ ਨੇ, ਅਤੇ ਅੱਜ ਤਾਂ ਮੈਨੂੰ ਖਮ ਖਾਲੀ ਚਰਚਾ 'ਚ ਲਿਆਉਂਦਾ ਗਿਆ, ਅੱਜ ਤਾਂ ਕਿਸੇ ਦੇ ਕੰਮ ਕਰਕੇ ਅਤੇ ਅੱਜ ਮੈਂ ਉਹੀ ਚਰਚਾ 'ਚ ਆ ਗਿਆ। ਅੱਜ ਉਹਦੀ ਕੰਟਰੋਵਰਸੀ ਮੇਰੇ ਨਾਲ ਜੁੜ ਗਈ, ਦੇਖੋ ਮੈਂ ਤਾਂ ਇਹ 'ਚ ਕੁਛ ਨਹੀਂ ਕਰਿਆ ਸੀ, ਪਰ ਕਿਸੇ ਨੇ ਕਰਿਆ, ਫਿਰ ਵੀ ਅੱਜ ਮੇਰੀ ਇੰਟਰਵਿਊ ਹੋ ਰਹੀ ਹੈ। ਕੀ ਓਪੀਨੀਅਨ ਸੀ ਤੁਹਾਡਾ ਜਦੋਂ ਤੁਹਾਡੇ ਤੱਕ ਇਹ ਖਬਰ ਪਹੁੰਚੀ ਹੈ? ਓਪੀਨੀਅਨ ਕੀ ਹੋ ਸਕਦਾ ਜੀ, ਓਵਰਆਲ ਦੇਖਿਆ ਜਾਵੇ ਤਾਂ ਬੁਰਾ ਲੱਗਿਆ ਵੀ ਮਸਾਂ ਜ਼ਿਲ੍ਹੇ ਨੂੰ ਕੋਈ ਮੰਤਰੀ ਮਿਲਿਆ ਸੀ ਅਤੇ ਮੰਤਰੀ ਸਾਹਿਬ ਨੇ ਇਹ ਕੰਮ ਕਰਤਾ, ਅਤੇ ਫਿਰ ਇਹ ਲੱਗਿਆ ਵੀ ਚਲੋ ਜੋ ਜੈਸਾ ਕਰਦਾ ਉਹ ਐਸਾ ਉਹਨੂੰ ਫਲ ਮਿਲਦਾ। ਸੋ ਮਿਕਸ ਜਿਹਾ ਰਿਸਪੋਂਸ ਸੀਗਾ, ਲੋਕ ਖੁਸ਼ ਸੀ ਬਹੁਤ ਜ਼ਿਆਦਾ, ਅਤੇ ਵੀ ਐਂ ਹੋ ਗਿਆ ਜੀ ਐਂ ਹੋ ਗਿਆ, ਪਰ ਮੈਂ ਕਿਤੇ ਨਾ ਕਿਤੇ ਇਹ ਸੋਚਦਾ ਵੀ ਯਾਰ ਕਿਸੇ ਦੇ ਚਲੋ ਬੁਰੇ 'ਤੇ ਆਪਾਂ ਨੂੰ ਖੁਸ਼ ਹੋਣ ਦੀ ਬਜਾਏ ਵੀ ਚਲੋ ਠੀਕ ਹੈ ਯਾਰ ਕੋਈ ਨਹੀਂ, ਪਰ ਯਾਨੀ ਕਿ ਜੇ ਆਪਾਂ ਜ਼ਿਲ੍ਹੇ ਲਈ ਕਹੀਏ, ਲੋਕਾਂ ਲਈ ਕਹੀਏ ਤਾਂ ਬਹੁਤ ਵੱਡੀ ਯਾਨੀ ਕਿ ਤ੍ਰਾਸਦੀ ਹੈ ਸਾਡੀ, ਕਿਉਂਕਿ ਘਰ ਦੇ ਬਾਹਰ ਅੱਜ ਤੁਹਾਡੇ ਸਾਥੀਆਂ ਨੇ ਆਸ਼ਾ ਧੂਰਿਆ 9-11 ਦੇ ਨਾਲ, ਕੀ ਕਰੀਏ ਜੀ ਕੀ ਕਰੀਏ, ਸਾਰੇ ਉਹ ਤਾਂ ਸਾਰੇ ਜ਼ਿਲ੍ਹੇ ਜੀ ਧੂਰੀ ਜਾਂਦੇ, ਬਥੇਰੇ ਪਿੰਡਾਂ 'ਚ ਸਾਡੇ ਪਿੰਡ ਵਿੱਚ ਹੋਇਆ, ਉੱਧਰ ਵੀ ਕਰੀ ਜਾਂਦੇ ਲੋਕ ਜੀ, ਕੀ ਕਰੀਏ। ਇਹ ਤੁਸੀਂ ਨਾ ਆਪਣੇ ਆਪ ਨੂੰ ਆਪ ਦਿੱਤਾ 9-11? ਨਹੀਂ ਨਹੀਂ, ਚਾਹੁਣ ਵਾਲੇ ਬਸ ਕਰ ਦਿੰਦੇ ਆ ਜੀ, ਚਾਹੁਣ ਵਾਲੇ ਨਾਮ ਦਿੰਦੇ ਨੇ ਜੀ। ਮੈਨੂੰ ਕਿਸੇ ਫਿਰ ਕਿਸੇ ਬੇਲੀ ਨੇ ਕਿਹਾ ਸੀਗਾ, ਫਿਰ ਉਦੋਂ ਬਾਅਦ ਲੋਕਾਂ ਨੇ ਚੱਕ ਲਏ, ਸੋ ਲੋਕਾਂ ਦਾ ਮਾਣ ਹੈ ਜੀ ਬਸ। ਸਿਆਸਤ ਰਾਸ ਆਈ ਹੈ? ਸਿਆਸਤ ਮੈਨੂੰ ਜਿਸ ਤੱਕ ਇਹ ਲੱਗਦਾ ਵੀ ਰਾਸ ਆਉਣ ਵਾਸਤੇ ਨਹੀਂ ਹੁੰਦੀ ਜੀ, ਸਿਆਸਤ ਇਜ਼ ਆ ਪ੍ਰੋਫੈਸ਼ਨ ਸਰਵ ਕਰਨ ਵਾਸਤੇ ਲੋਕਾਂ ਦੇ। ਮੈਨੂੰ ਮੇਰਾ ਕੰਮ ਰਾਸ ਆਇਆ ਹੋਇਆ, ਮੈਨੂੰ ਸਿਆਸਤ ਰਾਸ ਆਉਣ ਦੀ ਲੋੜ ਹੀ ਨਹੀਂ, ਮੇਰਾ ਕੰਮ ਹੀ ਇੰਨਾ ਵਧੀਆ ਚੱਲਦਾ, ਮੈਨੂੰ ਸਿਆਸਤ ਦਾ ਲੈਣਾ ਨਹੀਂ। ਸਿਆਸਤ ਇਜ਼ਾ ਯਾਨੀ ਕਿ ਇੱਕ ਕੰਮ ਹੈ ਜਿਹੜਾ ਜਿਹੜਾ ਲੋਕਾਂ ਦੀ, ਜੇ ਆਪਾਂ ਕੋਈ ਕਹਿੰਦੇ ਵੀ ਗੁੱਡ ਵਰਕ ਹੈ ਕਿਸੇ ਦੇ ਗੁੱਡ ਬੁੱਕਸ 'ਚ ਆਉਣ ਦੇ ਲਈ ਪਰਮਾਤਮਾ ਦੇ, ਜੇ ਕੋਈ ਸਮਝੇ ਤਾਂ ਇਸ ਚੀਜ਼ ਵੀ ਲੋਕਾਂ ਦੀ ਸੇਵਾ ਵਾਸਤੇ ਹੈ, ਵੀ ਇਹ ਮੈਨੂੰ ਲੱਗਦਾ ਨਹੀਂ ਵੀ ਕੋਈ, ਮੈਨੂੰ ਲੱਗਦਾ ਨਹੀਂ ਵੀ ਇਹ ਰਾਸ ਹੋਣੀ ਚਾਹੀਦੀ। ਰਾਸ ਇਹ ਉਹਨਾਂ ਨੂੰ ਆਉਂਦੀ ਹੈ ਜਿਹਨਾਂ ਨੇ ਕੋਈ ਠੱਗੀਆਂ ਡੁੱਗੀਆਂ ਮਾਰਨੀਆਂ ਅਤੇ ਮੁੜ ਕੇ ਫੜੇ ਨਹੀਂ ਜਾਂਦੇ। ਸੋ ਰਾਸ ਆਉਣਾ ਇੱਕ ਡਿਫਰੈਂਟ ਗੱਲ ਹੈ, ਪਰ ਠੀਕ ਹੈ ਜੀ, ਮੈਂ ਇੱਕ ਆਪਣੇ ਜੋ ਮੇਰੇ ਮਨ ਦੀ ਆਵਾਜ਼ ਸੀ ਮੈਂ ਉਹ ਕਰਕੇ ਦੇਖੀ, ਚਲੋ ਲੋਕਾਂ ਨੇ ਉਸ ਚੀਜ਼ ਨੂੰ ਸਹੀ ਨਹੀਂ ਸਮਝਿਆ, ਪਰ ਕੋਈ ਗੱਲ ਨਹੀਂ, ਨੈਕਸਟ ਟਾਈਮ ਟਰਾਈ ਕਰਾਂਗੇ। ਤੁਹਾਡਾ ਇੱਕ ਕਿਰਦਾਰ ਹੈ ਜਿੱਥੇ ਤੁਸੀਂ ਅਕਸਰ ਹਰ ਗੱਲ 'ਚ ਕਹਿੰਦੇ ਹੋ ਨਾ ਦੱਬਣ ਵਾਲਾ ਬੰਦਾ, ਮੈਂ ਦੱਬਦਾ ਨਹੀਂ ਹਾਂ, ਪਰ ਜਦੋਂ ਚੋਣ ਹਾਰਦੇ ਹੋ ਤਾਂ ਕੀ ਤੁਸੀਂ ਸਾਈਕੋਲੋਜੀਕਲੀ ਉਹਨੂੰ ਇਸ ਤਰ੍ਹਾਂ ਲਿਆ ਕਿ ਮੈਂ ਦੱਬ ਗਿਆ? ਨਹੀਂ, ਦੱਬਣ ਦਾ ਮਤਲਬ ਇਹ ਹੈ ਵੀ ਅਸੀਂ ਉਹ ਕਹਿੰਦੇ ਨੇ ਵੀ ਕੀਪ ਮੂਵਿੰਗ, ਅਸੀਂ ਤੁਰਦੇ ਰਹਿਣਾ ਆਪਦੇ ਲਕਸ਼ ਵੱਲ, ਆਪਦੇ ਕੰਮ ਲਏ। ਇੱਕ ਦੱਬਣਾ ਉਹ ਹੁੰਦਾ ਵੀ ਡਿਪਰੈਸ ਹੋ ਕੇ ਬਹਿ ਜਾਣਾ, ਡਿਪਰੈਸ਼ਨ ਇਜ਼ ਅ ਕਹਿੰਦੇ ਵੀ ਕਲਾਈਮੈਟਿਕ ਚੇਂਜ ਹੈ ਆਪਣੇ ਮੈਂਟਲ ਬਿਹੇਵੀਅਰ 'ਚ, ਉਹ ਸਾਰਿਆਂ ਨੂੰ ਹੁੰਦਾ ਜੀ, ਮੈਨੂੰ ਵੀ ਹੁੰਦਾ, ਮੈਨੂੰ ਵੀ ਬੁਰਾ ਲੱਗਿਆ ਵੀ ਮੈਂ ਹਾਰ ਗਿਆ, ਪਰ ਹਾਰਨਾ ਹਮੇਸ਼ਾ ਕੋਈ ਇਹ ਨਹੀਂ ਹੁੰਦਾ ਵੀ ਜਿੱਤੀ ਨਹੀਂ ਸਕਦੇ ਕਦੇ ਤੁਸੀਂ। ਮੈਂ ਬੜੀ ਵਾਰੀ ਹਾਰਿਆ ਪਹਿਲਾਂ ਵੀ ਆਪਦੀ ਪ੍ਰੋਫੈਸ਼ਨ 'ਚ ਵੀ, ਫਿਰ ਮੈਂ ਐਸੀ ਜਿੱਤ ਦਰਜ ਕੀਤੀ ਤਾਂ ਸਾਰੀ ਦੁਨੀਆਂ ਜਾਣਦੀ ਅੱਜ, ਸੋ ਇਹ ਪਹਿਲੀ ਵਾਰੀ ਸੀਗਾ, ਸੋ ਇਹ ਕੋਈ ਮਸਲੇ ਵਾਲੀ ਗੱਲ ਨਹੀਂ ਜੀ। ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਸਾਰੀਆਂ ਇੱਟਾਂ ਮਹਿਲ ਨੂੰ ਲੱਗਣੀਆਂ ਜ਼ਰੂਰੀ ਨਹੀਂ ਹੁੰਦੀਆਂ, ਕਈ ਨਿਉਂ 'ਚ ਵੀ ਦੱਬਣੀਆਂ ਪੈਂਦੀਆਂ ਨੇ, ਮੈਂ ਨਿਉਂ 'ਚ ਦੱਬਤੀਆਂ, ਕੋਈ ਗੱਲ ਨਹੀਂ, ਮੈਂ ਲੱਗਦੀਆਂ ਨਾਲ ਪਾ। ਪਰ ਕਦੇ ਕਿਸੇ ਮੋੜ 'ਤੇ ਉਦੋਂ ਇਹ ਮਹਿਸੂਸ ਹੋਇਆ ਕਿ ਯਾਰ ਨਹੀਂ ਪੰਗਾ ਨਹੀਂ ਲੈਣਾ ਚਾਹੀਦਾ ਸੀ, ਜਾਂ ਮੈਂ ਬਣਿਆ ਨਹੀਂ ਸੀ ਸ਼ਾਇਦ ਇਸ ਕੰਮ ਵਾਸਤੇ? ਮਹਿਸੂਸ ਹੋਇਆ ਜਦੋਂ ਲੋਕ, ਜਦੋਂ ਆਪਣੇ ਹੀ ਲੋਕ ਜਿਨ੍ਹਾਂ ਦੀ ਤੁਸੀਂ ਖੜ੍ਹਨ ਦੀ ਕੋਸ਼ਿਸ਼ ਕਰਦੇ ਹੋ, ਤੁਹਾਡਾ ਮਜ਼ਾਕ ਉਡਾਉਣ ਲੱਗ ਜਾਣਾ ਵੀ ਦੇਖੋ ਯਾਰ ਗਿਆ, ਉਹ ਲੈ ਗਏ ਨਾਟਕਰ ਨੂੰ ਚੱਕ ਕੇ ਫਲਾਣ ਲੈ ਗਏ, ਉਦੋਂ ਮਹਿਸੂਸ ਹੁੰਦਾ ਵੀ ਯਾਰ ਇਹਨਾਂ ਲੋਕਾਂ ਦੀ ਗੱਲ ਕਰਨ ਵਾਸਤੇ ਤੂੰ ਇੱਥੇ ਹੈ, ਜੋ ਤੇਰੇ ਮਾੜੇ 'ਤੇ ਤੇਰਾ ਹੱਸਦੇ ਆ ਵੀ ਤੈਨੂੰ ਖੜਾ ਹੋਣ ਦੀ ਕੀ ਲੋੜ ਸੀ, ਤੂੰ ਇੰਨਾ ਖਤਰ ਤਾਂ ਖੜਾ ਹੋਇਆ, ਇਹੀ ਬੰਦੇ ਤੈਨੂੰ ਤਾੜੀ ਮਾਰ ਕੇ ਕਹਿੰਦੇ ਸ਼ਾਬਾਸ਼ ਬਈ, ਗਿਆ ਮੂਸੇ ਵਾਲੇ ਨੂੰ ਕੀ ਲੋੜ ਸੀ ਯਾਰ। ਸੋ ਉਦੋਂ ਮਹਿਸੂਸ ਹੋਇਆ, ਫਿਰ ਮੈਂ
ਆਪਦੇ ਆਪ ਨੂੰ ਉਹੀ ਗੱਲ ਹੈ ਵੀ ਕੀਪ ਮੂਵਿੰਗ ਦੱਬਣ ਵਾਲੀ ਗੱਲ ਵੀ ਮਿੱਤਰਾ ਲੋਕ ਨੇ, ਲੋਕ ਬਹੁਤ ਕੁਛ ਬਹੁਤ ਬੰਦਿਆਂ ਬਾਰੇ ਕਹਿੰਦੇ ਨੇ ਅਤੇ ਜੋ ਇਹ ਕਹਿੰਦੇ ਨੇ ਉਹ ਸੱਚ ਨਹੀਂ, ਸਾਰਾ ਸੱਚ ਨਹੀਂ, ਥੋੜ੍ਹਾ ਬਹੁਤ ਹੋ ਸਕਦਾ, ਤੇਰੀ ਹਾਰ ਸੱਚੀ ਹੋ ਸਕਦੀ ਹੈ ਪਰ ਤੇਰਾ ਨਿਸ਼ਚਾ ਨਹੀਂ ਝੂਠਾ ਹੋ ਸਕਦਾ ਜਿਹੜਾ ਨਿਸ਼ਚਾ ਤੂੰ ਲੈ ਕੇ ਆਇਆ ਸੀ। ਸੋ ਮੈਨੂੰ ਠੀਕ ਹੈ ਜੀ, ਜਿਹੋ ਜਿਹੇ ਫਿਰ ਲੋਕ ਕਹਿੰਦੇ ਨੇ ਫਿਰ ਉਹੋ ਜਿਹੀ ਆਪਾਂ ਲੋਕਾਂ ਨਾਲ ਕਰ ਲਈ ਦੀ ਉਹਨੇ, ਉਹੋ ਜਿਹਾ ਮੈਂ ਫਿਰ ਗਾਣੇ 'ਚ ਉਹਨਾਂ ਨੂੰ ਦੱਸਤਾ ਵੀ ਭਾਈ ਤੁਸੀਂ ਇੰਨੇ ਆਹ ਤੁਹਾਡੀ ਲੈਵਲ ਆ, ਤੁਹਾਡਾ ਮੈਂਟਲ ਲੈਵਲ ਇੰਨੀ ਕੁ ਸੋਚ ਰਹੇ ਹੋ ਤੁਸੀਂ, ਤੁਹਾਨੂੰ ਇੰਨਾ ਕੀ ਪਤਾ। ਮੈਂ ਤਾਂ ਆਪਦੇ ਲੋਕਾਂ ਖਾਤਰ ਖੜ ਗਿਆ, ਤੁਹਾਡੇ 'ਚ ਕਿਸੇ 'ਚ ਹਿੰਮਤ ਹੋਈ ਜਿਹੜੇ ਅੱਜ ਹੱਸ ਰਹੇ ਹੋ, ਕੋਈ ਖੜਿਆ ਤੁਹਾਡੇ ਆਪਦੇ ਪਿੰਡ ਦੇ ਵਾਸਤੇ? ਮੇਰੇ ਕੋਲ ਜਦੋਂ ਸਾਰਾ ਕੁਛ ਹੈ, ਇੱਕ ਮੈਂ ਔਕਾਤ ਰੱਖਦਾ ਬੰਬੇ 'ਚ ਫਲੈਟ ਲੈਣ ਦੀ, ਔਕਾਤ ਰੱਖਦਾ ਕੈਨੇਡਾ ਦੇ ਵਿੱਚ ਘਰ ਲੈਣ ਦੀ, ਔਕਾਤ ਰੱਖਦਾ ਉੱਥੋਂ ਦੀ ਸਿਟੀਜ਼ਨਸ਼ਿਪ ਲੈਣ ਦੀ, ਅਤੇ ਮੈਂ ਆਪਦੇ ਪਿੰਡ 'ਚ ਬੈਠਾ, ਤੁਹਾਡੇ 'ਚ ਔਕਾਤ ਹੈ, ਤੁਹਾਡੇ ਕੋਲ ਇੱਕ ਨੌਕਰੀ ਲੱਗ ਜਾਓ ਤੁਸੀਂ ਪਿੰਡ ਛੱਡ ਜਾਂਦੇ ਹੋ, ਸ਼ਹਿਰ 'ਚ ਰਹਿਣ ਲੱਗ ਜਾਂਦੇ ਹੋ, ਅਤੇ ਮੇਰੀ ਔਕਾਤ ਤਾਂ ਇਹ ਮੇਰੇ ਕੋਲ ਜਦੋਂ ਸਾਰਾ ਕੁਛ ਸੀ ਮੈਂ ਆਪਦੇ ਲੋਕ ਨਹੀਂ ਛੱਡੇ, ਮੈਂ ਆਪਦਾ ਪਿੰਡ ਨਹੀਂ ਛੱਡਿਆ। ਅਚੀਵਮੈਂਟ ਮੰਨਦੇ ਹੋ? ਅਫਕੋਰਸ ਮੰਨਦਾ ਜੀ, 10,000 ਕਲਾਕਾਰ ਹੈ ਪੰਜਾਬ 'ਚ, ਇੱਕ ਵੀ ਦੱਸ ਦਿਓ ਪਿੰਡ 'ਚ ਰਹਿੰਦਾ ਹੋਵੇ ਆਪਦੇ, ਲਿਖ ਕੇ ਦੇ ਦਿੰਦਾ ਆਪਾਂ ਕਹਿ। ਸੋ ਅਚੀਵਮੈਂਟ ਨਹੀਂ ਮੈਂ ਮੰਨਦਾ, ਮੈਨੂੰ ਪ੍ਰਾਊਡ, ਇਹ ਹੰਕਾਰ ਨਹੀਂ ਹੈ। ਜਦੋਂ ਤੁਸੀਂ ਗੀਤ 'ਚ ਲਿਖਦੇ ਹੋ ਤੇਰੇ ਬੰਬੇ ਬੁੰਬੇ ਵਾਲੇ ਮਿੱਠੀਏ ਮੂਸੇ ਪਿੰਡੇ ਆਉਣ ਲਾਤੇ ਨਹੀਂ, ਇਹ ਪ੍ਰਾਊਡ ਹੈ ਜਾਂ ਇੱਥੇ ਹੰਕਾਰ ਬੋਲਣ ਲੱਗ ਜਾਂਦਾ? ਹੰਕਾਰ ਦੇ ਪ੍ਰਾਊਡ ਦੇ ਵਿੱਚ ਜਿਵੇਂ ਇੱਕ ਮਾਈਨਰ ਜੀ ਨਾ ਉਹ ਹੁੰਦੀ ਆ, ਟਰਾਂਸਪੇਰੈਂਟ ਜੀ ਲੇਅਰ ਹੁੰਦੀ ਹੈ, ਉਹ ਜੇ ਉਹ ਨਿਕਲ ਜੇ ਫਿਰ ਉਹ ਪ੍ਰਾਊਡ ਹੰਕਾਰ 'ਚ ਬਦਲਣ ਵੀ ਟਾਈਮ ਨਹੀਂ ਲਾਉਂਦਾ। ਅਤੇ ਮੇਰੇ ਅਕੋਰਡਿੰਗ ਆਪਦੇ ਆਪ ਨੂੰ ਹੰਕਾਰੀ ਕੌਣ ਕਹਿੰਦਾ ਜੀ? ਚਲੋ ਮੈਂ ਕਹਿ ਵੀ ਦਿੰਦਾ ਫਰਸੇ ਮੈਂ ਹੰਕਾਰ 'ਚ, ਪਰ ਮੇਰਾ ਹੰਕਾਰ ਚੱਲ ਰਿਹਾ ਜੀ, ਫਿਰ ਮੈਂ ਕੀ ਕਰਾਂ? ਮੈਨੂੰ ਹੰਕਾਰ ਮੈਂ ਵੇਚਦਾ ਆਪਦਾ ਗੀਤਾਂ 'ਚ, ਪਰ ਉਹ ਵਿਕ ਜਾਂਦਾ ਜੀ, ਫਿਰ ਮੈਂ ਹੰਕਾਰ ਕਰਨਾ ਮੇਰੇ ਲਈ ਮਾੜਾ ਵੀ ਨਹੀਂ। ਹਾਂ ਹੰਕਾਰ ਜੇ ਤੁਹਾਨੂੰ ਲੈ ਕੇ ਡੋਬਦੇ ਤਾਂ ਹੰਕਾਰ ਮਾੜੀ ਗੱਲ ਹੈ। ਇਲੈਕਸ਼ਨ ਜ਼ਰੂਰ ਹਾਰਿਆ ਮੈਂ, ਠੀਕ ਹੈ, ਅਤੇ ਮੈਂ ਜਦੋਂ ਈ ਪੀ ਆਪਦੀ ਕਰੀ ਨਾ, ਦੂਜੇ ਦਿਨ ਬਿਲਬੋਰਡ 'ਤੇ ਸੀ, 73ਵੇਂ ਨੰਬਰ 'ਤੇ ਸੀ ਚਾਰਟ 'ਚ, ਨੋ ਪ੍ਰਮੋਸ਼ਨ, ਨੋ ਵੀਡੀਓ, ਅਤੇ ਕਿਸੇ ਨੂੰ ਦੱਸਿਆ ਤੱਕ ਨਹੀਂ, ਘੰਟਾ ਪਹਿਲਾਂ ਪੋਸਟਰ ਪਾਇਆ ਅਤੇ ਉਦੋਂ ਬਾਅਦ ਈ ਪੀ। ਸੋ ਮੇਰਾ ਹੰਕਾਰ ਹੈ ਜੀ, ਉਹ ਮੇਰਾ ਵਿਕਦਾ ਮੈਂ ਕਰੂੰਗਾ ਜੀ, ਉਹ ਮੈਨੂੰ ਕਰਨਾ ਪੈਂਦਾ, ਜੇ ਮੈਂ ਨਹੀਂ ਕਰੂੰਗਾ ਫਿਰ ਮੈਨੂੰ ਲੋਕ ਕਹਿਣਗੇ ਵੀ ਤਾਂ ਚੱਲ ਗਿਆ। ਸੋ ਜਿਹੜੀਆਂ ਸਟੇਜਾਂ 'ਤੇ ਪੱਟਾਂ 'ਤੇ ਥਾਪੀਆਂ ਵੱਜਦੀਆਂ ਜੀ ਜੀ, ਉਹ ਕੀ ਹੈ? ਉਹ ਸਿੱਧੂ ਮੂਸੇਵਾਲੇ ਦਾ ਕਿਹੜਾ ਹਿੱਸਾ? ਉਹ ਜੇ ਤੁਸੀਂ ਹੁਣ ਮੈਂ ਤੁਹਾਨੂੰ ਐਕਸਪਲੇਨ ਕਰਾਂ ਵੀ ਬੜੇ ਲੰਬੇ ਅਰਸੇ ਦਾ ਜਿਹੜਾ ਇੱਕ ਬੈਕ ਸਟੇਜ 'ਤੇ ਕਰਨ ਵਾਲਾ, ਜੇ ਮੈਂ 2016 ਤੁਹਾਨੂੰ ਇੱਕ ਵੀਡੀਓ ਦਿਖਾਵਾਂ, ਉੱਥੇ ਮੈਂ ਖੜਾ ਅਤੇ ਇੱਕ ਸਿੰਗਰ ਪਰਫੋਰਮ ਕਰ ਰਿਹਾ, ਜੇ ਮੈਂ ਬਾਹਾਂ ਪਿੱਛੇ ਕਰਕੇ ਨਹੀਂ ਖੜੇ, ਤੁਸੀਂ ਮੇਰੀ ਫੋਟੋ ਦੇਖਿਓ ਉੱਥੇ, ਅਤੇ ਮੈਂ ਸਾਰਾ ਦਿਨ ਉਹ ਸਟੇਜ ਐਂਕਰਿੰਗ ਕਰ ਰਿਹਾ ਸੀ, ਅਤੇ ਪਿਛਲੇ 3 ਸਾਲਾਂ ਤੋਂ ਮੈਂ ਇਹ ਸੋਚ ਰਿਹਾ ਸੀ ਮੈਂ ਉਹ ਸਟੇਜ 'ਤੇ ਐਂਕਰਿੰਗ ਕਦੋਂ ਕਰੂੰ, ਅਤੇ ਫਿਰ ਮੈਂ ਉਹ ਸਟੇਜ 'ਤੇ ਖੜਾ ਇਹ ਸੋਚੀ ਜਾਂਦਾ ਸੀ ਵੀ ਇਹਨਾਂ ਕੋਲ ਕੀ ਹੈ ਯਾਰ, ਅਤੇ ਮੇਰੇ ਕੋਲ ਕੀ ਨਹੀਂ, ਲਿਖਦਾ ਤਾਂ ਮੈਂ ਵੀ ਹਾਂ, ਗਾਈ ਵੀ ਜਾਂਦਾ, ਮੈਨੂੰ ਕੋਈ ਪੁੱਛਦਾ ਕਿਉਂ? ਅਤੇ ਜਦੋਂ ਇੱਕ ਮੈਂ ਸਟੇਜ 'ਤੇ ਗੱਲ ਕਹੀ ਸੀ ਵੀ ਕੋਈ ਜਦੋਂ 3 ਕਮਰੇ ਵਾਲੇ ਘਰ 'ਚੋਂ ਉੱਠ ਕੇ ਮਹਿਲਾ ਵਾਲਿਆਂ ਨੂੰ ਅੱਖਾਂ ਕੱਢਦਾ, ਉਹਨੂੰ ਮੱਲੋ ਮੱਲੀ ਹੰਕਾਰ ਹੋ ਹੀ ਜਾਂਦਾ ਵੀ ਹਾਂ ਉਹ ਆ ਖੜੇ। ਅੱਜ ਵੀ ਸਾਨੂੰ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਟੱਕਰਦੇ ਹਾਂ, ਕੋਈ ਅਫਸਰ ਦਾ ਮੁੰਡਾ ਮਿਲਦਾ, ਕੋਈ ਕਿਸੇ ਮੰਤਰੀ ਦਾ ਮੁੰਡਾ ਮਿਲਦਾ, ਕੋਈ ਕਿਸੇ ਬਿਜ਼ਨਸਮੈਨ ਦਾ ਮੁੰਡਾ ਮਿਲਦਾ, ਜੇ ਕਿਤੇ ਵੀ ਗੱਲ ਹੋਊਗੀ ਉਹਦੇ ਕੋਲ ਬਹੁਤ ਕੁਛ ਹੈ ਪੈਸਾ, ਉਹ ਕਹਿਣਗੇ ਨਾ ਪਾਪਾ ਦੀ ਕਾਰ, ਮੈਂ ਪਾਪਾ ਨੂੰ ਹੁਣ ਕਹਿ ਦਿੰਦਾ, ਪਾਪਾ ਨੂੰ ਹੁਣ ਕਹਿ ਦਿੰਦਾ, ਫਿਰ ਉੱਥੇ ਜਾ ਕੇ ਬੰਦੇ ਨੂੰ ਹੁੰਦਾ ਵੀ ਤੁਸੀਂ ਚਾਂਦੀ ਦਾ ਚਮਚਾ ਲੈ ਕੇ ਜੰਮੇ, ਅਸੀਂ ਆਪਦਾ ਯਾਨੀ ਕਿ ਜਿਹੜਾ ਬੇਸ ਹੈ ਅਸੀਂ ਆਪ ਬਣਾਇਆ, ਜਿਵੇਂ ਦੀਪ ਬਾਈ ਕਹਿੰਦਾ ਸੀ ਤੁਸੀਂ ਚਾਂਦੀ ਦਾ ਚਮਚਾ ਲੈ ਕੇ ਜੰਮੇ ਹੋ ਅਤੇ ਅਸੀਂ ਕਚੀਚੀ ਲੈ ਕੇ, ਕਚੀਚੀ ਲੈ ਕੇ, ਹਾਂ ਅਸੀਂ ਕਚੀਚੀ ਵਾਲਿਆਂ 'ਚੋਂ। ਅਤੇ ਜਦੋਂ ਉਸ ਸਟੇਜ 'ਤੇ ਵੀ ਜਦੋਂ ਅਸੀਂ, ਮੈਂ ਕਿਤੇ ਨਾ ਕਿਤੇ ਜਾਂਦਾ ਨਾ, ਜਦੋਂ ਕਿਤੇ ਨਾ ਕਿਤੇ ਗੱਲਬਾਤ ਕੋਈ ਹੁੰਦੀ ਹੈ ਵੀ ਥਾਪੀ ਮਾਰਦੇ, ਇੱਕ ਤਾਂ ਹੋ ਗਿਆ ਇੱਕ ਸਿੰਗਰ ਦਾ ਹਰੇਕ ਦਾ ਸਾਈਨ ਹੁੰਦਾ ਪ੍ਰੋਫੈਸ਼ਨ ਹੁੰਦਾ, ਅਤੇ ਮੈਂ ਥਾਪੀ, ਮੇਰੀ ਥਾਪੀ ਦਾ ਮਤਲਬ ਇਹ ਹੈ ਵੀ ਬਹੁਤ ਪਿੱਛੇ ਸੀ ਅਤੇ ਬਹੁਤ ਅੱਗੇ ਆਏ, ਕਿਸੇ ਨੂੰ ਦਿਖਾਉਣਾ ਵੀ ਹੁੰਦਾ ਉਹ ਨਹੀਂ ਦਿਖਾਉਣਾ ਨਹੀਂ, ਹੁਣ ਸ਼ਿਖਰ ਧਵਨ ਗਰਾਊਂਡ ਦੇ ਵਿੱਚ ਥਾਪੀ ਮਾਰਦਾ ਕਿਉਂ ਮਾਰਦਾ, ਉਹਦਾ ਮਤਲਬ ਇਹ ਥੋੜ੍ਹੀ ਹੁੰਦਾ ਮੈਂ ਦਿਖਾਉਣਾ, ਉਹ ਖੁਸ਼ੀ ਜ਼ਾਹਰ ਕਰਦਾ ਹੁੰਦਾ। ਨਹੀਂ ਪਰ ਕਈ ਵਾਰੀ ਸਾਡੇ ਪੰਜਾਬੀਆਂ ਦਾ ਸੁਭਾਅ ਵੀ ਹੈ, ਅਸੀਂ ਵਿਰੋਧੀਆਂ ਨੂੰ ਦਿਖਾਉਣੇ ਵੀ ਹਾਂ। ਅਸਲ ਦੇ ਵਿੱਚ ਥਾਪੀ ਦਾ ਮਤਲਬ ਹੁੰਦਾ, ਥਾਪੀ ਹੁੰਦੀ ਹੈ ਜ਼ੋਰ ਦਾ ਪ੍ਰਤੀਕ, ਜੇ ਆਪਾਂ ਦੇਖੀਏ ਵੀ ਜਿਹਦੇ 'ਚ ਜ਼ੋਰ ਆ ਉਹੀ ਥਾਪੀ ਮਾਰਦਾ, ਅਤੇ ਮੇਰਾ ਥਾਪੀ ਦਾ ਮਾਰਦਾ ਵੀ ਇਹ ਸੀਗਾ ਵੀ ਅਸੀਂ ਇਹ ਪ੍ਰੋਫੈਸ਼ਨਲ ਜ਼ੋਰ ਹੈ ਤੁਹਾਡਾ, ਪ੍ਰੋਫੈਸ਼ਨਲ ਜ਼ੋਰ ਲਾ ਲਓ ਤੁਸੀਂ ਕਿਵੇਂ ਵੀ ਜ਼ੋਰ ਲਾ ਲਓ ਵੀ ਅਸੀਂ ਅਸੀਂ ਸਾਡੇ ਥਾਪੀ ਮਾਰਨ ਦਾ ਮਤਲਬ ਇਹ ਹੈ ਵੀ ਅਸੀਂ ਉਹ ਕਹਿੰਦੇ ਨਹੀਂ ਸੀ ਅਸੀਂ ਧੱਕੇ ਦੇ ਨਾਲ ਹਾਣ ਦੀ ਕਿਸਮਤ ਦੇ ਖੋਲ੍ਹੇ ਗੇਟ ਕੁੜੇ, ਹੈ ਨਾ ਸਾਡਾ ਜਿਉਂ ਜਿਉਂ ਵਧੀ ਗਿਆ ਰੇਟ ਕੁੜੇ, ਸਾਡੀ ਕਿਉਂ ਤਿਉਂ ਵਧੀ ਗਈ ਹੇਟ ਕੁੜੇ, ਇਹ ਧੱਕੇ ਨਾਲ ਭਾਈ ਲੜ ਝਗੜ ਕੇ ਸਾਡੇ ਕੋਲ ਹੇਟ ਕੌਣ ਕਰਦਾ, ਇਹੀ ਤਾਂ ਗੱਲ ਹੈ। ਜੇ ਇੰਨਾ ਚੱਲਦੇ ਆ ਸਿੱਧੂ ਮੂਸੇ ਵਾਲਾ ਘੰਟੇ ਦੇ ਵਿੱਚ ਬਿੱਲ ਬੋਰਡ ਤੇ 73ਵੇਂ ਨੰਬਰ ਤੇ ਪਹੁੰਚਦਾ ਹੈ ਜੀ, ਜੀ ਹਰ ਗੀਤ ਚੱਲਦਾ ਹੈ ਜੀ, ਤਾਂ ਫਿਰ ਹੇਟ ਕੌਣ ਕਰਦਾ? ਆ ਤੁਸੀਂ ਕਦ ਟੱਪ ਜੋ ਹੇਟ ਹੇਟ ਵਾਲੀ ਨੇ ਜੀ ਸਰ, ਹੇਟ ਵਾਲਾ ਤਾਂ ਜਦੋਂ ਰਾਹ ਜਿੱਥੇ ਮਰਜ਼ੀ ਮਿਲ ਲਓਗੇ, ਵਾਧੂ ਨਹੀਂ ਜਦੋਂ ਤੁਸੀਂ ਕਿਸੇ ਚੀਜ਼ 'ਚ, ਅੱਜ ਕੱਲ੍ਹ ਜਿਹੜਾ ਬੰਦਾ ਤਰੱਕੀ ਕਰਦਾ ਸਾਰੇ ਕਿਤੇ ਉਹਨੂੰ ਕਿਤੇ ਨਾ ਕਿਤੇ ਉਹਦੇ ਸੁਣੀ ਵੀ ਜਾਂਦੇ, ਐਪਰੀਸ਼ੀਏਟ ਵੀ ਨਹੀਂ ਕਰਦੇ, ਸੁਣਦੇ ਵੀ ਹੋਣਗੇ, ਐਪਰੀਸ਼ੀਏਟ ਵੀ ਨਹੀਂ ਕਰਦੇ। ਮੈਂ ਕਰੇ ਬਾਕੀ ਇੰਨੇ
फ्री माइंड रहने वाला इन्ने जोर वाला चाहे वह प्रोफेसनली हो चाहे वह वैसे जिंदगी जिंदा सलीका है जी वह सिद्धू मूसेवाले को फर्क पै रहा भी कौन हेट करता कौन नहीं फर्क पेगा क्यों तो मेरा फर्क खोगा भी की मैं चाहवा मैं सारी दुनिया को इंप्रैस नहीं कर सकता जी मैं कहना ठीक है तुम्हें बैड बुक्स चलने ठीक है मैं होऊंगा फिर मैं तो आपने बनी मेरा मैं आपके परमात्मा ठीक है मैं कभी बुरा किया ही नहीं मैं कोई गलत काम नहीं करता ठीक है मैं वह कर थोड़ा बुरा लगता वो थोड़ा लगी जाए और थोड़े तो सर्टिफिकेट लेंदा लेंदा मैं अपनी सारी जिंदगी गुजार दें फिर भी मैंने किसी ना किसी ने फिर भी दुनिया सड़े फिर भी कहना यार तो ऐ करता से फिर थोड़ा नहीं लगता कि गीतांत उन्होंने गलों को जस्टिफाई कर लग जाते हो जवाब देन लग जाते हो नहीं जवाब देना असी मैं इसका दुद्ध पीने वाले हाँ जट्टा ने मुंडे हाँ ਕਿੰਨਾ ਚਿਰ ਮੈਂ ਕੋਈ ਉਹ ਕਹਿ ਦਿੰਦਾ ਵੀ ਬਾਬਾ ਆਦਮ ਤਾਂ ਹੈ ਨਹੀਂ ਮੇਰਾ ਬਹੁਤ ਵੱਡਾ ਮੈਂ ਸੁਣੀ ਹੀ ਜਾਊਂ ਲੋਕਾਂ ਦੀਆਂ ਵੀ ਮੈਂ ਤਾਂ ਜਵਾਬ ਦੇਣੇ ਵੀ ਕਿਤੇ ਪੜਾਸ ਹੈ ਜੀ ਉਹਨੇ ਇਹ ਵੀ ਹਰੇਕ ਗਲੀ ਦੇ ਬੰਦੇ ਨੂੰ ਫੜ ਕੇ ਗਲ ਮੇਜਾ ਤਾਂ ਪਾ ਕੇ ਹਾਂ ਉਹ ਤੂੰ ਕੀ ਕਹਿੰਦਾ ਸੀ ਤੰਗੇ ਨੂੰ ਰਹੇ ਉਹ ਫਿਰ ਸਾਰਿਆਂ ਨੂੰ ਰਲਮਾ ਜਵਾਬ ਦਿੱਤਾ ਜਾਂਦਾ ਵੀ ਯਾਰ ਚੱਕ ਆਹ ਚੱਕੋ ਜਿਹੜੇ ਜਿਹੜੇ ਸਵਾਲ ਕਰਦੇ ਆ ਤੁਹਾਡੀਆਂ ਗੱਲਾਂ ਦਾ ਜਵਾਬ ਦੁਬਾਰੇ ਮੰਗਣਾ ਉਹ ਦੁਬਾਰੇ ਦੇਣਾ ਇਹ ਚੀਜ਼ ਹੈ ਇੱਕ ਤਰ੍ਹਾਂ ਦੀ ਪ੍ਰਤੀਕਿਰਿਆ ਤਾਂ ਉਹ ਲੋਕ ਕਾਨਫਰੰਸਾਂ ਕਰ ਦਿੰਦੇ ਨੇ ਅਸੀਂ ਗਾਣੇ 'ਚ ਕਹਿ ਦਿੰਦੇ ਲੋਕਾਂ ਨੂੰ ਇਹ ਲੱਗਦਾ ਕਿ ਬੰਦੂਕਾਂ ਨਾਲ ਅਸਲੇ ਨਾਲ ਬਹੁਤ ਪਿਆਰ ਹੈ ਸਿੱਧੂ ਮੂਸੇਵਾਲੇ ਦਾ ਜੀ ਉਹਨੇ ਜੇ ਜਥੇਦਾਰ ਸਾਹਿਬ ਨੇ ਇੱਕ ਬਿਆਨ ਦਿੱਤਾ ਕਿ ਹਰ ਸਿੱਖ ਲਸੰਸੀ ਹਥਿਆਰ ਜ਼ਰੂਰ ਰੱਖੇ ਤੁਸੀਂ ਉਹ ਆਪਦੀ ਰੱਖਿਆ ਖਾਤਰ ਹਥਿਆਰਾਂ ਨੂੰ ਪਸੰਦ ਕਰਦੇ ਹੋ ਜਾਂ ਫਿਰ ਵੈਸੇ ਪਿਆਰ ਹੈ ਹਥਿਆਰਾਂ ਨਾਲ ਪਹਿਲਾਂ ਸ਼ੌਂਕ ਸੀ ਜੀ ਹੁਣ ਪਰਪਸ ਵੀ ਬਣ ਗਿਆ ਪਰਪਸ ਤਾਂ ਬਣ ਗਿਆ ਕਿਉਂਕਿ ਜਦੋਂ ਜਦੋਂ ਤੁਸੀਂ ਕਿਸੇ ਖੇਤਰ 'ਚ ਵਿਚਰਦੇ ਰਹਿੰਦੇ ਹੋ ਤਾਂ ਉਹੀ ਚੀਜ਼ਾਂ ਜਿਹੜੀਆਂ ਛੋਟੀਆਂ ਮੋਟੀਆਂ ਸੀ ਜਨ ਚੜ੍ਹੇ ਤਾਂ ਨਹੀਂ ਜਨ ਲੋਕ ਚੜ੍ਹਦੇ ਬਹੁਤ ਦੇਖੇ ਸੋ ਲੋਕਾਂ ਦੇ ਨੁਕਸਾਨ ਹੁੰਦੇ ਸੀ ਦੇਖੇ ਨੇ ਇੱਥੇ ਕੋਈ ਕਿਸੇ ਨੂੰ ਪੁੱਛਦਾ ਨਹੀਂ ਜਿੱਥੇ ਕਿਸੇ ਦੀ ਕੋਈ ਗਰੰਟੀ ਸੋ ਫਿਰ ਆਪਦਾ ਢਮਢਮਾ ਨਾਲ ਲੈ ਕੇ ਆਪ ਹੀ ਚੱਲ ਪਾਉਂਦਾ ਇਹ ਪਰਪਸ ਹੈ ਜੀ ਬਾਕੀ ਸ਼ੌਂਕ ਕਦੋਂ ਤੱਕ ਰਿਹਾ ਸ਼ੌਂਕ ਹਜੇ ਵੀ ਹੈਗਾ ਥੋੜ੍ਹਾ ਬਹੁਤ ਸ਼ੌਂਕ ਤਾਂ ਪਰ ਹੁਣ ਥੋੜ੍ਹੇ ਲਾਈਨ ਉਹ ਮੈਚਿਓਰ ਹੋ ਜਾਂਦੇ ਆ ਥੋੜ੍ਹਾ ਬਹੁਤ ਥੋੜ੍ਹਾ ਵੀ ਹਜੇ ਥੋੜ੍ਹਾ ਘਰ ਦੇ ਕਹਿਣ ਲੱਗੇ ਨੇ ਇੰਨੀਆਂ ਕੀ ਕਰਦੀਆਂ ਅਤੇ ਫਿਰ ਠੀਕ ਹੈ ਪਰ ਸ਼ੌਂਕ 'ਚ ਦਰਜ ਕਰਾਤੇ ਉਸ ਸ਼ੌਂਕ ਨੇ ਸਿਆਪੇ ਪਵਾਤੇ ਤੁਹਾਡੇ ਬਹੁਤ ਬਹੁਤ ਕਹਿੰਦੇ AK-47 ਚਲਾਉਣ ਦਾ ਸ਼ੌਂਕ ਹੈ ਸਿੱਧੂ ਮੂਸੇਵਾਲੇ ਉਹੀ ਗੱਲ ਹੈ ਨਾ ਜੀ ਮੈਂ ਬੜਾ ਕੁਛ ਮੇਰੇ ਤੋਂ ਬੜਾ ਕੁਛ ਅਜੇ ਵੀ ਪਤਾ ਨਹੀਂ ਕੀ ਕੁਛ ਆਉਂਦਾ ਰਹਿੰਦਾ ਵੀ ਲੋਕਾਂ ਦੀਆਂ ਕਰੀਆਂ ਕਰਾਈਆਂ ਉਹਨੂੰ ਦੱਸੀ ਜਾਂਦਾ ਵੀ ਹੁਣ ਵੀ ਦੇਖੋ ਤੁਸੀਂ ਕਰਿਆ ਕਿਸੇ ਨੇ ਕੁਛ ਇੰਟਰਵਿਊ ਮੇਰੀ ਹੋਈ ਅੱਧੀ ਸੋ ਉਹ ਚੀਜ਼ਾਂ ਯਾਨੀ ਮੇਰਾ ਖੇੜੇ ਨਹੀਂ ਛੱਡ ਫਿਰ ਲੋਕਾਂ ਨੇ ਇਹ ਵੀ ਗੱਲ ਕਹੀ ਕਹਿੰਦੇ ਵੀ ਫਿਰ ਬਾਅਦ 'ਚ ਇਹ ਕਹਿਤਾ ਵੀ ਟੋਏ ਗਨ ਸੀਗੀ ਉਹ ਫਿਰ ਕਹਿ ਦਿੰਦੇ ਕਿ ਮੈਂ ਚਲਾਈ ਹੈ ਇਹੋ ਜਿਹੀਆਂ ਗੱਲਾਂ ਨਹੀਂ ਆਈਆਂ ਕੀ ਪਤਾ ਕਿਹਨੂੰ ਪਤਾ ਮੈਂ ਚਲਾਈ ਹੈ ਕਿ ਨਹੀਂ ਚਲਾਈ ਉਹ ਕੋਰਟ ਨੇ ਦੱਸਣਾ ਹੁਣ ਜਿਨ੍ਹਾਂ ਨੇ ਮੇਰੇ 'ਤੇ ਇਲਜ਼ਾਮ ਲਾਇਆ ਉਹਨਾਂ ਨੂੰ ਉਹ ਮੇਰੇ 'ਤੇ ਪ੍ਰੂਵ ਕਰ ਦੇਣਗੇ ਜੇ ਉੱਥੇ ਪ੍ਰੂਵ ਹੋ ਗਿਆ ਮੈਂ ਕਹਿ ਦੂੰ ਮੈਂ ਚਲਾਈ ਸੀ ਜੇ ਉੱਥੇ ਨਾ ਹੋਇਆ ਮੈਂ ਕਹੂੰਗਾ ਮੈਂ ਨਹੀਂ ਚਲਾਈ ਸੀ ਸੋ ਇਹ ਗੱਲਾਂ ਨੇ ਜੀ ਹੁਣ ਕਈ ਵਾਰੀ ਕੁਛ ਪਲੰਦੇ ਬਣਾਏ ਜਾਂਦੇ ਆ ਕਿਸੇ ਨੂੰ ਫਸਾਉਣ ਖਾਤਰ ਕੁਛ ਸਭ ਕੁਛ ਚੱਲਦਾ ਜੀ ਤੁਹਾਨੂੰ ਕੀ ਲੱਗਦਾ ਜਥੇਦਾਰ ਸਾਹਿਬ ਦੇ ਬਿਆਨ 'ਤੇ ਉਹਨਾਂ ਨੇ ਕਿਹਾ ਕਿ ਇਹ ਹੁਕਮ ਹੈ ਕੱਲ੍ਹ SGPC ਦੇ ਪ੍ਰਧਾਨ ਨੇ ਕਿਹਾ ਕਿ ਇਹ ਅਪੀਲ ਨਹੀਂ ਹੈ ਹੁਕਮ ਹੈ ਕਿ ਹਰ ਸਿੱਖ ਲਸੰਸੀ ਹਥਿਆਰ ਰੱਖੇ ਅਸੀਂ ਤਾਂ ਉਹਨਾਂ ਦਾ ਹੁਕਮ ਕੀ ਅੱਜ ਦੇ ਦੌਰ ਵਿੱਚ ਮੇਰਾ ਸਵਾਲ ਮੈਂ ਪੂਰਾ ਕਰ ਲਾਂ ਕਿ ਅੱਜ ਦੇ ਦੌਰ ਵਿੱਚ ਬਹੁਤ ਸਾਰੇ ਲੋਕਾਂ ਨੇ ਕਿਹਾ ਕੋਈ ਕਿਤਾਬ ਪੜ੍ਹਨ ਦੀ ਗੱਲ ਕਰੋ ਮੁੱਖ ਮੰਤਰੀ ਨੇ ਵੀ ਕਿਹਾ ਕੋਈ ਗਿਆਨ ਦੀ ਗੱਲ ਕਰ ਲਓ ਕੋਈ ਸਕੂਲ ਖੋਲ੍ਹਣ ਦੀ ਗੱਲ ਕਰ ਲਓ ਤੁਹਾਨੂੰ ਲੱਗਦਾ ਕਿ ਹਥਿਆਰ ਦੀ ਗੱਲ ਕਰਨਾ ਗਲਤ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਗਿਆਨ ਸ਼ਬਦ 'ਤੇ ਬਣਿਆ ਹੋਇਆ ਅਤੇ ਸਾਡੇ ਗੁਰੂ ਦਾ ਮਤਲਬ ਹੈ ਗਿਆਨ ਗਿਆਨ ਬਾਣੀ ਦਾ ਮਤਲਬ ਹੈ ਗਿਆਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਮਤਲਬ ਹੈ ਗਿਆਨ ਸਾਨੂੰ ਤਾਂ ਇਹ ਚੀਜ਼ ਸਿਖਾਈ ਨਹੀਂ ਗਈ ਵੀ ਕੋਈ ਤੁਹਾਡਾ ਦੇਹਧਾਰੀ ਗੁਰੂ ਹੈ ਤੁਹਾਡਾ ਰੱਬ ਤੁਹਾਡਾ ਗੁਰੂ ਹੈ ਸਾਨੂੰ ਰੱਬ ਰੂਪ ਵਾਲੇ ਝੰਜਟ ਤਾਂ ਬਾਬੇ ਨਾਨਕ ਨੇ ਪਹਿਲੀ ਕੱਢਤਾ ਸੀ ਹੁਣ ਲੋਕ ਕਹਿੰਦੇ ਫਲਾਣਾ ਭਗਵਾਨ ਹੈ ਜੀ ਧਿਮਕਾ ਭਗਵਾਨ ਹੈ ਜੀ ਉਹ ਹੈ ਉਹ ਬਾਬਾ ਕਹਿੰਦਾ ਵੀ ਯਾਰ ਤੁਹਾਡਾ ਕੋਈ ਰੱਬ ਨਹੀਂ ਤੁਹਾਡਾ ਗੁਰੂ ਹੈ ਗਿਆਨ ਸ਼ਬਦ ਗੁਰੂ ਸ਼ਬਦ ਗੁਰੂ ਗਿਆਨ ਉਹ ਚੀਜ਼ ਤਾਂ ਅਸੀਂ ਪਹਿਲੀ ਮੰਨੀ ਬੈਠੇ ਜੀ ਸਾਡਾ ਗਿਆਨ ਸੀਗਾ ਸਾਡਾ ਗੁਰੂ ਫਿਰ ਗੁਰੂ ਗੋਬਿੰਦ ਸਿੰਘ ਨੂੰ ਹਥਿਆਰ ਚੱਕਣ ਦੀ ਕੀ ਲੋੜ ਪਈ ਛੇਵੇਂ ਪਾਤਸ਼ਾਹ ਨੂੰ ਮੀਰੀ ਪੀਰੀ ਕਰਨ ਦੀ ਕੀ ਲੋੜ ਪਈ ਕਿਉਂਕਿ ਗਿਆਨ ਸਾਨੂੰ ਜ਼ਰੂਰੀ ਹੈ ਪਰ ਸਾਨੂੰ ਸ਼ਸਤਰ ਗਿਆਨ ਹੋਣ ਦੀ ਵੀ ਲੋੜ ਹੈ ਉਹਨਾਂ ਨੂੰ ਉਸ ਟਾਈਮ 'ਤੇ ਉਹ ਲੋੜ ਸਮਝ ਗਏ ਸੀ ਵੀ ਭਾਈ ਸਾਡਾ ਗੁਰੂ ਗਿਆਨ ਹੈ ਅਤੇ ਹੁਣ ਇਸ ਗਿਆਨ ਦੇ ਵਿੱਚ ਸ਼ਸਤਰ ਗਿਆਨ ਵੀ ਇਨਕਲੂਡ ਕਰਨਾ ਪਊ ਕਿਉਂਕਿ ਵਕਤ ਦੀ ਲੋੜ ਹੈ ਧਾੜਵੀ ਮੁਗਲ ਸਾਡੇ 'ਤੇ ਅੱਤਿਆਚਾਰ ਕਰਨਗੇ ਇੱਦਾਂ ਦਰਸ਼ਾ ਵਰਗੇ ਸਾਨੂੰ ਲੁੱਟ ਕੇ ਲੈ ਜਾਣਗੇ ਅਹਿਮਦ ਸ਼ਾਹ ਅਬਦਾਲੀ ਵਰਗੇ ਉਹ ਦੂਰ ਪੱਖੀ ਸੋਚ ਵਾਲੇ ਮਹਾਨ ਭੱਦਰ ਪੁਰਸ਼ ਸੀ ਜਿਨ੍ਹਾਂ ਨੇ ਇਹ ਚੀਜ਼ਾਂ ਸੋਚੀਆਂ ਅਤੇ ਉਹਨਾਂ ਨੇ ਲੋੜ ਦੇ ਅਕੋਰਡਿੰਗ ਸਾਡੇ ਪੰਜਾਂ ਕਾਰਾਂ ਦੇ ਵਿੱਚ ਅਸਲੇ ਦੀ ਗੱਲ ਕੀਤੀ ਹਥਿਆਰ ਦੀ ਗੱਲ ਕੀਤੀ ਅਤੇ ਅੱਜ ਪਿਛਲੇ 40 ਸਾਲਾਂ ਤੋਂ ਸਾਡੇ 'ਤੇ ਇਹ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਹਥਿਆਰ ਤਾਂ ਜੀ ਬੁਰੀ ਚੀਜ਼ ਹੈ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਟਿਕਟੋਕ ਰੀਲਾਂ 'ਤੇ ਨਚਾਇਆ ਜਾ ਰਿਹਾ ਅਤੇ ਉਹ ਕਹਿ ਰਹੇ ਨੇ ਤੁਸੀਂ ਡਰੋ ਇਹ ਤੋਂ
ਇਹ ਅਸਲ ਹੈ, ਇਹਨੂੰ ਹੱਥ ਨਹੀਂ ਲਾਉਣਾ, ਕਿਉਂ ਨਹੀਂ ਲਾਉਣਾ? ਮੇਰੇ ਡੱਬ 'ਚ ਤੁਹਾਡੇ ਆਪੇ ਚੱਲ ਕੇ ਤਾਂ ਨਹੀਂ ਵੱਜਿਆ ਕਿਸੇ ਨੂੰ? ਜਦੋਂ ਸਾਡੇ ਦਿਮਾਗ ਨੂੰ ਟ੍ਰੇਨਿੰਗ ਨਹੀਂ ਹੋਊਗੀ ਫਿਰ ਅਸੀਂ ਹੱਥਾਂ ਨੂੰ ਕਿੱਦਾਂ ਰੋਕ ਪਾਵਾਂਗੇ? ਅਸਲ ਦੇ ਵਿੱਚ ਰੌਲਾ ਸਾਡੇ ਦਿਮਾਗਾਂ ਦਾ, ਅਸੀਂ ਭੱਜੇ ਹੋਏ ਹਾਂ ਲਾਇਸੈਂਸਾਂ ਪਿੱਛੇ, ਹਥਿਆਰਾਂ ਪਿੱਛੇ, ਅਤੇ ਹੋਰ ਰੌਲੇ ਰੱਖਦੇ ਵਿੱਚ। ਸਾਨੂੰ ਹਥਿਆਰਾਂ ਤੋਂ ਦੂਰ ਤੰਗ ਕੀਤਾ ਜਾਂਦਾ ਕਿਉਂਕਿ ਅਸੀਂ ਬਾਰਡਰ ਸਟੇਟ ਹਾਂ, ਪਰ ਸਾਡੀ ਬਾਰਡਰ ਸਟੇਟ ਨੂੰ ਇਹ ਆਪਦਾ ਹਿੱਸਾ ਮੰਨ ਕੇ ਨਾਲ ਚਲਾਉਣ ਦੀ ਯਾਨੀ ਕਿ ਤਰਜੀਹ ਨਹੀਂ ਦੇ ਰਹੇ। ਸਾਡੇ ਉਹੀ ਹਥਿਆਰ ਵਾਲੇ ਸਿੱਖਿਆ ਵਾਲੇ ਮੁੰਡੇ, ਸਿੱਖ ਰੈਜੀਮੈਂਟ, ਸਿੱਖ 25 ਰੈਜੀਮੈਂਟਾਂ ਸਾਡੀਆਂ ਬਾਰਡਰ 'ਤੇ ਲੜ ਰਹੀਆਂ ਨੇ, ਅਤੇ ਉਹਨਾਂ ਨੂੰ ਕਹਿ ਰਹੇ ਹਥਿਆਰ ਦਾ ਚੱਕੋ, ਫਿਰ ਤੁਸੀਂ ਕੁਛ ਚੁਕਾਉਂਦੇ ਹੋ? ਸੋ ਹਰੇਕ ਕੋਈ ਪੱਖ 'ਤੇ ਗੱਲ ਕਰਨ ਨੂੰ ਰਾਜ਼ੀ ਨਹੀਂ। ਪੱਤਰਕਾਰ ਹੋਣਗੇ ਜੀ ਇਹ ਤਾਂ ਹਥਿਆਰ ਕਰਦੇ ਆ ਜੀ, ਹਥਿਆਰ ਕਰਦੇ ਆ ਜੇ ਹਥਿਆਰ, ਮੇਰੀ ਗੱਲ ਸੁਣੋ ਜੀ, 20 ਲੱਖ ਬੰਦੇ ਦੇ ਨਾਮ 'ਤੇ ਰਜਿਸਟਰ ਹੈ ਅਸਲਾ ਐਜ਼ ਆ ਬਾਰਡਰ ਸਟੇਟ। ਕੱਲ੍ਹ ਨੂੰ ਕੋਈ ਦੇਸ਼ ਸਾਡੇ 'ਤੇ ਹਮਲਾ ਕਰਦੇ, ਆਰਮੀ ਯੂਕਰੇਨ ਵਾਂਗੂ ਸਾਡੀ ਆਰਮੀ ਦਾ ਹਾਲ ਹੋ ਜੇ, ਸਾਡਾ 20 ਲੱਖ ਬੰਦੇ ਦੀ ਫੌਜ ਹਥਿਆਰਾਂ ਨਾਲ ਆਪਦੇ ਨਾਲ ਖੜੀ ਹੈ ਅਤੇ ਜਿਨ੍ਹਾਂ ਨੂੰ ਚਲਾਉਣ ਦੀ ਅਕਲ, ਬਾਕੀ ਢੋਲ ਢੱਪਾ ਲੈ ਕੇ ਸ਼ਟਰ ਲਾ ਕੇ ਅੰਦਰ ਬੈਠਣਗੇ। ਸੋ ਅਸੀਂ ਮੁੱਦੇ ਵਾਲੀ ਗੱਲ, ਪ੍ਰੈਕਟੀਕਲ ਗੱਲ ਕਰਨ ਲਈ ਰਾਜ਼ੀ ਹੋਈ ਨਹੀਂ ਹੈਗੀ। ਅੱਜ ਦੇ ਦੌਰ 'ਚ ਰੈਲੇਵੈਂਟ ਹੈ, ਜਿਵੇਂ ਮੈਂ ਬਹੁਤ ਸਾਰੇ ਕਮੈਂਟਸ 'ਤੇ ਉਹ ਪੜ੍ਹੇ ਜੋ ਜਥੇਦਾਰ ਸਾਹਿਬ ਦੇ ਉਲਟੇ ਬੋਲੇ ਗਏ ਕਿ ਅੱਜ ਦੇ ਦੌਰ 'ਚ ਲੜਾਈ ਹੋਰ ਤਰੀਕੇ ਨਾਲ ਲੜੀ ਜਾਂਦੀ ਹੈ, ਦਿਮਾਗ ਦੀ ਲੜਾਈ ਹੋ ਗਈ, ਹੁਣ ਹਥਿਆਰਾਂ ਦੀ ਨਹੀਂ ਰਹਿ ਗਈ। ਤੁਹਾਨੂੰ ਲੱਗਦਾ ਕਿ ਨਹੀਂ ਹਥਿਆਰ ਉਨਾ ਇੰਪੋਰਟੈਂਟ ਅੱਜ ਦੇ ਦੌਰ 'ਚ ਜਿੰਨੀ ਕਿਤਾਬ ਹੈ? ਭਾਈ ਜੀ, ਜੇ ਦਿਮਾਗ ਨਾਲ ਲੜਾਈ ਲੜੀ ਜਾਂਦੀ ਸੀ ਤਾਂ ਫਿਰ ਲੋਕ ਜਿਹੜੇ ਜਿਹੜੇ ਦੇਸ਼ ਨੇ ਇੰਨਾ ਆਰਮੀ ਦਾ ਬਜਟ ਕਿਉਂ ਦੇ ਰਹੇ ਨੇ? ਸੋ ਉਹੀ ਗੱਲ ਹੈ ਨਾ ਵੀ ਹਰੇਕ ਦਾ ਆਪੋ ਆਪਣਾ ਪ੍ਰਤੀਕਿਰਿਆ ਹੈ ਹਰੇਕ ਮੁੱਦੇ 'ਤੇ, ਅਤੇ ਸਾਰਿਆਂ ਦੀਆਂ ਪ੍ਰਤੀਕਿਰਿਆ ਲਈਆਂ ਜਾਣੇ ਜ਼ਰੂਰੀ ਨੇ। ਸਾਨੂੰ ਸਾਡੇ ਜਥੇਦਾਰ ਨੇ ਜੋ ਕਹਿ ਤਾ ਸਾਡੇ ਲਈ ਉਹ ਸਾਡਾ ਹੁਕਮ ਹੈ, ਸਾਡਾ ਫਜ਼ਲ ਹੈ। ਜੋ ਮਰਜ਼ੀ ਬਾਕੀ ਕੋਈ ਐਰਾ ਗੈਰਾ ਕਹੀ ਜਾਵੇ, ਸਾਡਾ ਕੋਈ ਲੜਨਾ ਨਹੀਂ। ਅਤੇ ਸਾਡੀ ਜੋ ਗੁਰੂ ਨੇ ਕਹਿਤਾ ਉਹ ਉਹਨਾਂ ਤੋਂ ਵੀ ਪਹਿਲਾਂ, ਤਾਂ ਜੇ ਉਹਨਾਂ ਨੇ ਕਿਹਾ ਮੈਂ ਤਾਂ ਉਸ ਚੀਜ਼ ਨਾਲ 100% ਸਹਿਮਤ ਹਾਂ ਜੀ, ਮੈਂ ਤਾਂ ਪਹਿਲਾਂ ਤਾਂ ਕਹਿ ਰਿਹਾ ਵੀ ਭਾਈ ਠੀਕ ਹੈ, ਹਥਿਆਰ ਲੈ ਕੇ ਕਿਸੇ ਦਾ ਨੁਕਸਾਨ ਕਰਨਾ ਬਹੁਤ ਮਾੜੀ ਗੱਲ ਹੈ, ਕਿਸੇ ਦੀ ਬੈਂਕ ਲੁੱਟਣੀ, ਕਿਸੇ ਦੇ ਮੱਥੇ ਨਾਲ ਲਾਉਣਾ ਉਹ ਮਾੜੀ ਗੱਲ ਹੈ ਯਾਰ, ਹਥਿਆਰ ਰੱਖੋ, ਹਥਿਆਰ 'ਚ ਕੀ ਪ੍ਰੋਬਲਮ ਹੈ? ਜੇ ਵਾਇਲੈਂਸ ਨਹੀਂ ਵੱਧਦੀ ਤੁਹਾਨੂੰ ਲੱਗਦਾ ਇਹਦੇ ਨਾਲ? ਵਾਇਲੈਂਸ ਵੱਧਦੀ ਹੈ ਜੀ ਜਦੋਂ ਦਿਮਾਗਾਂ ਨਾਲ ਵੱਧਦੀ ਹੈ ਵਾਇਲੈਂਸ। ਕਿੰਨੀ ਵਾਇਲੈਂਸ ਹੋਈ, 700 ਬੰਦਾ ਮਰ ਗਿਆ ਸਾਡਾ ਧਰਨੇ 'ਤੇ, ਉਸ ਵਾਇਲੈਂਸ ਬਾਰੇ ਕੋਈ ਬੋਲ ਹੀ ਨਹੀਂ ਰਿਹਾ। ਕਿੰਨੀ ਵਾਇਲੈਂਸ ਹੁੰਦੀ ਹੈ ਡੇਲੀ, ਕੋਈ ਨਾ ਕੋਈ ਕਦੇ ਕਿਸੇ ਨਾ ਕਿਸੇ ਦਾ ਕੋਈ ਨੁਕਸਾਨ ਹੋ ਜਾਂਦਾ, ਉਹ ਵਾਇਲੈਂਸ ਬੰਨੀ ਕੋਈ ਧਿਆਨ ਨਹੀਂ। ਜੋ ਪੋਲੀਟੀਕਲ ਵਾਇਲੈਂਸ ਹੋ ਰਹੀ ਉਹਦੇ ਬੰਨੀ ਕੋਈ ਨਹੀਂ ਦੇਖ ਰਿਹਾ, ਸਾਰਿਆਂ ਨੂੰ ਸਿਰਫ ਇਹ ਲੱਗਦਾ ਹਥਿਆਰ 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 ਹਥਿਆਰ। ਸੋ ਮੈਂ ਤਾਂ ਇਹੀ ਗੱਲ ਕਹਿੰਦਾ ਵੀ ਗਾਣੇ ਫਰਕ ਪਾਉਂਦੇ? ਗਾਣੇ ਜੀ ਹਾਂ ਪਾਉਂਦੇ ਆ, ਫਰਕ ਪਾਉਂਦੇ, ਮੈਂ ਇਸ ਚੀਜ਼ ਤੋਂ ਮੁੱਕਰਦੇ ਨਹੀਂ ਜੀ। ਉਹਦਾ ਇੰਪੈਕਟ ਪੈਂਦਾ, ਇੰਪੈਕਟ ਪੈਂਦਾ, ਇੰਪੈਕਟ ਹਰੇਕ ਚੀਜ਼ ਦਾ ਬਾਈ ਜੀ। ਪਰ ਜੇ ਤੁਸੀਂ ਇਹ ਦੇਖਿਆ ਜਾਵੇ ਵੀ ਵੀ ਇੰਪੈਕਟ ਨੂੰ ਤੁਸੀਂ ਨੱਥੀ ਕਿਵੇਂ ਕਰਦਾ, ਉਹਨੂੰ ਜ਼ੀਰੋ ਕਿਵੇਂ ਕਰਨਾ, ਉਹ ਗਾਈਡੈਂਸ ਨਾਲ ਹੁੰਦਾ। ਪਰ ਹੁਣ ਸਾਰਿਆਂ ਨੂੰ ਗਾਈਡੈਂਸ ਪ੍ਰੋਡਿਊਸ ਤਾਂ ਹੋਊਗੀ ਜੇ ਪ੍ਰੋਪਰ ਸਕੂਲ ਐਜੂਕੇਸ਼ਨ ਹੋਊਗੀ। ਨਹੀਂ ਪਰ ਗੱਲ ਮੀਨਿੰਗ ਦੀ ਹੈ, ਕੀ ਤੁਹਾਨੂੰ ਲੱਗਦਾ ਕਿ ਗਾਣੇ ਸਿਰਫ ਐਂਟਰਟੇਨਮੈਂਟ ਵਾਸਤੇ ਨੇ? ਜਿਵੇਂ ਤੁਸੀਂ ਜਦੋਂ ਇਹ ਲਿਖਿਆ ਕਿ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ, ਜੱਟੀ ਉਸ ਪਿੰਡ ਤੋਂ ਬਿਲੋਂਗ ਕਰਦਾ, ਕੀ ਉਹ ਸਿਰਫ ਨਿਰੋਲ ਐਂਟਰਟੇਨਮੈਂਟ ਪਰਪਸ ਲਈ ਸੀ ਕਿ ਗਾਣਾ ਸੁਣੋ ਔਰ ਗੱਲ ਖਤਮ ਹੈ, ਜਾਂ ਉਹਨੂੰ ਸਾਨੂੰ ਮੀਨਿੰਗ ਦੇ ਵਿੱਚ ਕਨਵਰਟ ਕਰਨਾ ਪਊ ਕਿ ਇਹਦਾ ਮਤਲਬ ਹੈ ਕੁਛ? ਗਾਣਾ ਬਈ ਪ੍ਰੋਡਿਊਸ ਕਿਉਂ ਕਰਦੇ ਹਾਂ ਆਪਾਂ? ਸੁਣਦੇ ਕਿਉਂ? ਐਂਟਰਟੇਨਮੈਂਟ ਵਾਸਤੇ, ਮਾਇੰਡ ਰਿਲੈਕਸੇਸ਼ਨ ਵਾਸਤੇ ਨਾ। ਅਸੀਂ ਗਾਣਾ ਕਿਉਂ ਕਰਦੇ ਹਾਂ? ਪੈਸੇ ਕਮਾਉਣ ਵਾਸਤੇ, ਜਿਹੜੀ ਲੋਕਾਂ ਨੂੰ ਚੀਜ਼ ਪਸੰਦ ਆਊਗੀ ਅਤੇ ਉਹ ਪਸੰਦ ਵੀ ਆਉਂਦੀ ਹੈ, ਅਤੇ ਸੋਲਲੀ ਬੇਸਡ ਹੈ ਸਾਰਾ ਐਂਟਰਟੇਨਮੈਂਟ 'ਤੇ ਜੀ। ਹੁਣ ਤੁਸੀਂ ਛੱਡੋ ਗੱਲ ਸਾਰੀ, RR 'ਤੇ ਆ ਜਾਓ, KGF 'ਤੇ ਆ ਜਾਓ, ਵਾਇਲੈਂਸ ਹੈ ਪੂਰਾ ਫਿਲਮ ਦੇ ਵਿੱਚ, ਨਿਹਰਾ ਵਾਇਲੈਂਸ ਹੈ। ਮੈਂ ਕਹਿੰਦਾ ਮੇਰੇ ਜੇ ਮੈਂ 1000 ਗਾਣਾ ਵੀ ਕੱਢ ਦੂੰ ਇੱਕ ਫਿਲਮ ਦੇ ਬਰਾਬਰ ਨਹੀਂ। ਬਿਲਕੁਲ। ਅਤੇ ਫਿਰ ਇੱਕ ਪਾਸੇ ਅਸੀਂ KGF ਦੇ ਬੜੇ ਬੜੇ ਪੋਸਟਰ ਲਗਾਉਂਦੇ ਹਾਂ, ਦੂਜੇ ਪਾਸੇ ਕਹਿੰਦੇ ਪੰਜਾਬ ਵਾਲਿਆਂ ਨੂੰ ਗਾਣੇ ਬੰਦ ਕਰ ਦਿਓ। ਮੋਸਟ ਸਕਸੈਸਫੁਲ ਫਿਲਮ, ਸਭ ਤੋਂ ਜ਼ਿਆਦਾ ਸਕਸੈਸਫੁਲ ਫਿਲਮ। ਫਿਰ ਯਾਰ ਇਹ ਦੋਹਰਾ ਮਾਪਦੰਡ ਕਿਉਂ ਆਉਂਦਾ? ਸੈਂਸਰ ਹੋਣਾ ਚਾਹੀਦਾ। ਜਿਵੇਂ ਹੁਣ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਭਾਈ ਇਹੋ ਜਿਹੇ ਗਾਣੇ ਨਾ ਗਾਉਣੇ ਆ, ਨਾ ਡੀਜਿਆਂ 'ਤੇ ਅਸੀਂ ਚੱਲਣ ਦੇਣੇ। ਮੈਂ ਜੀ ਮੁੱਖ ਮੰਤਰੀ ਸਾਹਿਬ ਜੀ ਬਿਲਕੁਲ, ਅਸੀਂ ਉਹਨਾਂ ਦੇ ਬਿਆਨ ਦਾ ਆਦਰ ਕਰਦੇ ਹਾਂ, ਠੀਕ ਹੈ, ਜੋ ਉਹਨਾਂ ਦੀ ਭਾਵਨਾ ਉਹ ਚੰਗੀ ਹੋਈ ਹੋਊਗੀ ਤਾਂ ਹੀ ਉਹ ਕਹਿ ਰਹੇ ਨੇ। ਸੋ ਗਾਇਜ਼, ਜਿੰਨੀਆਂ ਵੀ ਅਸੀਂ ਗੱਲਾਂ ਸੁਣੀਆਂ ਸਿੱਧੂ ਮੂਸੇਵਾਲੇ ਜੀ ਦੀਆਂ, ਜਿੰਨੇ ਵੀ ਉਹਨਾਂ ਦੇ ਜਵਾਬਾਤ ਸਨ ਬਹੁਤ ਹੀ ਜ਼ਿਆਦਾ ਘੈਂਟ ਸਨ ਔਰ ਬਹੁਤ ਜ਼ਿਆਦਾ ਸਮਝਦਾਰੀ ਵਾਲੇ ਸਨ। ਇੱਦਾਂ ਨਹੀਂ ਕਿ ਹਵਾ 'ਚ ਬਸ ਛੱਡੀ ਗਏ, ਨਾ ਗੱਲ ਦਾ ਸਿਰ ਹੈ ਨਾ ਪੈਰ ਹੈ, ਮਤਲਬ ਪ੍ਰੋਪਰ ਜਸਟੀਫਾਈ ਕਰ ਰਹੇ ਨੇ ਕਿ ਲਾਈਕ ਅਗਰ ਮੈਂ ਹਾਰ ਗਿਆ ਤਾਂ ਮੈਨੂੰ ਪਤਾ ਚੱਲ ਗਿਆ ਕਿ ਮੈਂ ਕਿਉਂ ਹਾਰਿਆ ਔਰ ਮੈਂ ਕਿਹਨਾਂ ਲੋਕਾਂ ਲਈ ਵੋਟ ਲੜਦਾ ਪਿਆ ਸੀ ਔਰ ਕਿਹਨਾਂ ਨੇ ਮੈਨੂੰ ਹਰਾਇਆ। ਉਹਨਾਂ ਦਾ ਕਹਿਣ ਦਾ ਮਤਲਬ ਸੀ ਕਿ ਮੈਂ ਜਿਹਨਾਂ ਲਈ ਲੜਿਆ ਉਹੀ ਮੇਰਾ ਮਜ਼ਾਕ ਉਡਾ ਰਹੇ ਨੇ ਕਿ ਹਾਰ ਗਿਆ। ਉਹਨਾਂ ਨੂੰ ਕੀ ਲੋੜ ਸੀ ਇਲੈਕਸ਼ਨ ਲੜਨ ਦੀ? ਉਹਨਾਂ ਦਾ ਤਾਂ ਅੱਛਾ ਖਾਸਾ ਸਾਰਾ ਕੁਛ ਚੱਲ ਰਿਹਾ ਸੀ, ਗਾਣੇ ਜੋ ਹੈ ਮਿਲੀਅਨ ਵਿੱਚ ਜਾ ਰਹੇ ਨੇ, ਅੱਛੀ ਖਾਸੀ ਇਨਕਮ ਆ ਰਹੀ ਹੈ, ਘਰ ਉਹਨਾਂ ਨੇ ਬਣਾ ਲਿਆ, ਹਰ ਚੀਜ਼ ਦਿੱਲੀ ਉਹਨਾਂ ਨੇ ਗੱਡੀਆਂ ਵਗੈਰਾ ਲੈ ਲਿਆ, ਟਰੈਕਟਰ ਜੋ ਹੈ 5-6 ਉਹਨਾਂ ਘਰ ਖੜ੍ਹੇ ਨੇ,
ਉਹਨਾਂ ਨੂੰ ਕੀ ਜ਼ਰੂਰਤ ਹੈ ਇਲੈਕਸ਼ਨ ਲੜਨ ਦੀ। ਜ਼ਿੰਦਗੀ ਤਾਂ ਇਹੀ ਹੈ ਨਾ ਕਿ ਯਾਰ ਮੇਰਾ ਘਰ ਬਣ ਜਾਵੇ, ਮੈਂ ਗੱਡੀ ਛੱਡੀ ਲੈ ਲਾ, ਮੇਰੀ ਅੱਛੀ ਇਨਕਮ ਆ ਜਾਏ ਕਿ ਤੂੰ ਸੋਰਸ। ਲੇਕਿਨ ਸਿੱਧੂ ਮੂਸੇਵਾਲੇ ਉਹਨਾਂ ਕੋਲ ਸਭ ਕੁਛ ਸੀ, ਜਿੱਦਾਂ ਉਹਨਾਂ ਨੇ ਖੁਦ ਵੀ ਕਿਹਾ ਕਿ ਮੈਂ ਮਤਲਬ ਮੈਨੂੰ ਰੱਬ ਨੇ ਇੰਨਾ ਕੁ ਦਿੱਤਾ ਹੈ, ਮੇਰੀ ਇੰਨੀ ਕੁ ਵੈਲਿਊ ਹੈ, ਮੈਂ ਬੰਬੇ 'ਚ ਘਰ ਲੈ ਸਕਦਾ, ਬਾਹਰ ਕੈਨੇਡਾ 'ਚ ਲੈ ਸਕਦਾ, ਕੈਨੇਡਾ ਦੀ PR ਲੈ ਸਕਦਾ। ਬਿਲਕੁਲ, ਉਹ ਬਹੁਤ ਵੱਡੇ ਸਿੰਗਰ ਨੇ, ਈਵਨ ਕਿ ਗੋਰੇ ਕਾਲੇ ਉਹਨਾਂ ਨੂੰ ਮੰਨਦੇ ਨੇ ਕਿ ਯਾਰ ਕੋਈ ਪੰਜਾਬੀ ਹੈ, ਕੋਈ ਸਿੱਧੂ ਮੂਸੇਵਾਲਾ ਹੈ ਜਿਹਦਾ ਇੱਕ ਨਾਮ ਹੈ, ਜਿਹਦੇ ਗਾਣੇ ਬਹੁਤ ਜ਼ਿਆਦਾ ਘੈਂਟ ਨੇ। ਉਹਨਾਂ ਨੇ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ ਸੀ ਕਿ ਯਾਰ ਮੇਰਾ ਜੋ ਪਿੰਡ ਆ, ਜ਼ਿਲ੍ਹਾ ਆ, ਮੈਂ ਇਹਦੇ ਲਈ ਕੁਛ ਕਰਾਂ, ਇਹਦੇ ਜੋ ਲੋਕ ਨੇ ਉਹਨਾਂ ਲਈ ਕੁਛ ਕਰਾਂ। ਮੈਂ ਇੱਕ ਬੰਦੇ ਨੇ ਉਹਨਾਂ ਦੀ ਵੀਡੀਓ ਦੇਖ ਰਿਹਾ ਸੀ, ਉਹ ਵੀ ਵੀਡੀਓ ਵਗੈਰਾ ਬਣਾਉਂਦੇ ਨੇ, ਇੰਟਰਵਿਊ ਕਰਦੇ ਨੇ ਜਾ ਕੇ ਨਾ, ਅਤੇ ਉਹ ਕਹਿ ਰਹੇ ਸੀ ਕਿ ਮੇਰੀ ਨਾ ਜੋ ਸਿੱਧੂ ਮੂਸੇਵਾਲੇ ਜਿਹਦਾ ਦੋਸਤ ਹੈ ਨਾ, ਉਹਦੇ ਨਾਲ ਗੱਲ ਹੋਈ, ਕਹਿੰਦਾ ਹੈ ਕਿ LCDਆਂ ਲਵਾਉਣੀਆਂ ਸੀ ਕੋਠੀ 'ਚ ਨਾ, ਜਿਹੜੀ ਉਹਨਾਂ ਨੇ ਬਣਾਈ ਕੈਮਰੇ ਵਗੈਰਾ ਨਾ, ਅਤੇ ਉਹ ਦੋਸਤ ਕਹਿੰਦਾ ਸਿੱਧੂ ਮੂਸੇਵਾਲੇ ਜੀ ਨੂੰ ਕਿ ਯਾਰ ਚੰਡੀਗੜ੍ਹ ਚੱਲੀਏ, ਉੱਥੋਂ ਨਾ ਸਸਤੀਆਂ ਮਿਲਦੀਆਂ ਨੇ। ਅਤੇ ਮੂਸੇਵਾਲਾ ਜੀ ਦੀ ਸੋਚ ਕੀ ਸੀ, ਉਹ ਗਏ ਉੱਥੇ ਚੰਡੀਗੜ੍ਹ, ਉੱਥੋਂ ਵੇਖੀਆਂ, ਪਸੰਦ ਵੀ ਕਰ ਲਈਆਂ, ਫਿਰ ਛੱਡ ਕੇ ਆ ਗਏ ਕਿ ਨਹੀਂ ਯਾਰ ਆਪਣੇ ਸ਼ਹਿਰ 'ਚੋਂ ਲੈਂਦੇ ਹਾਂ, ਚਲੋ ਜੋ ਪੈਸੇ ਨੇ ਉਹ ਆਪਣੇ ਲੋਕਾਂ ਦੇ ਕੰਮ ਆਉਣਗੇ, ਕੋਈ ਗੱਲ ਨਹੀਂ, ਜੇ 2-4 ਹਜ਼ਾਰ ਐਕਸਟਰਾ ਆਇਆ ਤਾਂ ਅਸੀਂ ਪੇ ਕਰ ਦਾਂਗੇ, ਸਾਨੂੰ ਕਿਸ ਚੀਜ਼ ਦੀ ਘਾਟ ਹੈ। ਫਿਰ ਉਹਨਾਂ ਨੇ ਐਂਕਰ ਨੇ ਪੁੱਛਿਆ ਕਿ ਯਾਰ ਤੁਸੀਂ ਜੋ ਹੈ ਥਾਪੀ ਮਾਰਦੇ ਹੋ, ਹਾਂ ਗਰੂਰ ਕਰਦੇ ਹੋ, ਹੰਕਾਰ ਕਰਦੇ ਹੋ, ਅਤੇ ਮੈਂ ਗੱਲ ਕਹਿਣਾ ਚਾਹਾਂ ਕਿ ਗਰੂਰ ਨਹੀਂ ਹੁੰਦਾ, ਖੁਸ਼ੀ ਹੁੰਦੀ ਹੈ ਕਿ ਯਾਰ ਮੈਂ ਇੱਕ ਛੋਟੇ ਜਿਹੇ ਪਿੰਡ 'ਚ ਉੱਠਿਆ, ਬਿਲਕੁਲ ਮੈਂ ਛੋਟੇ ਜਿਹੇ ਪਿੰਡ 'ਚ ਉੱਠਿਆ, ਠੀਕ ਹੈ, ਮੈਂ ਆਪਣਾ ਇੱਕ ਨਾਮ ਬਣਾਇਆ, ਮਿਹਨਤ ਕੀਤੀ, ਸਟਰਗਲ ਕੀਤੀ, ਅੱਜ ਮੇਰਾ ਇੱਕ ਨਾਮ ਹੈ, ਖੁਸ਼ੀ ਹੁੰਦੀ ਹੈ। ਲਾਈਕ ਅਸੀਂ ਹਾਂ, ਮਤਲਬ ਬਹੁਤ ਛੋਟੇ ਇੱਕ ਮਾਮੂਲੀ ਜਿਹੇ ਯੂਟਿਊਬਰ ਹੈਗੇ ਹਾਂ, ਅਤੇ ਸਾਡੇ ਜੋ ਜੋ ਸਬਸਕ੍ਰਾਈਬਰ ਵੱਧਦੇ ਨੇ, ਵਿਊ ਅੱਛੇ ਆਉਂਦੇ ਨੇ, ਅਤੇ ਸਾਨੂੰ ਖੁਸ਼ੀ ਹੁੰਦੀ ਹੈ। ਔਰ ਉਹ ਖੁਸ਼ੀ ਜੋ ਹੈ ਅਸੀਂ ਅਲਫਾਜ਼ਾਂ 'ਚ ਬਿਆਨ ਨਹੀਂ ਕਰ ਸਕਦੇ ਕਿ ਯਾਰ ਇੰਨੀ ਖੁਸ਼ੀ ਹੁੰਦੀ ਹੈ ਕਿ ਵਾਹ ਯਾਰ ਅਸੀਂ ਲੋਕ ਸਾਨੂੰ ਸੁਣਦੇ ਪਏ ਨੇ, ਲੋਕ ਸਾਡੀ ਇੱਜ਼ਤ ਕਰਦੇ ਨੇ। ਸਭ ਤੋਂ ਵੱਡੀ ਗੱਲ ਹੈ ਰਿਸਪੈਕਟ। ਪੈਸਾ ਜੋ ਹੈ ਤੁਸੀਂ ਹਰ ਤਰੀਕੇ ਨਾਲ ਕਮਾ ਸਕਦੇ ਹੋ, ਟਿਕਟੋਕ ਖੋਲੋ, ਇੰਸਟਾਗ੍ਰਾਮ ਖੋਲੋ, ਸਭ ਕੁਛ ਹੈ। ਕੁੜੀਆਂ ਮੁੰਡੇ ਜੋ ਨੇ, ਮਤਲਬ ਤੁਹਾਨੂੰ ਪਤਾ ਹੀ ਹੈ ਹੁਣ ਕੀ ਬੰਦਾ ਕਿ ਕਿੱਦਾਂ ਜੋ ਹੈ ਆਪਣੇ ਆਪ ਨੂੰ ਐਕਸਪੋਜ਼ ਕਰਕੇ ਆਪਣਾ ਇੱਜ਼ਤ ਨੂੰ ਉਤਾਰ ਕੇ ਅਤੇ ਉਹ ਪੈਸੇ ਕਮਾ ਰਹੇ ਨੇ। ਪੈਸੇ ਕਮਾਉਣਾ ਕੋਈ ਮੁਸ਼ਕਲ ਕੰਮ ਨਹੀਂ ਹੈ, ਸਭ ਤੋਂ ਵੱਡੀ ਗੱਲ ਹੈ ਇੱਜ਼ਤ, ਰਿਸਪੈਕਟ, ਔਰ ਉਹ ਜੋ ਹੈ ਪੈਸੇ ਨਾਲ ਨਹੀਂ ਲੱਭਦੀ। ਸੋ ਸਿੱਧੂ ਮੂਸੇਵਾਲਾ ਜੀ ਨੇ ਜਿੰਨੀਆਂ ਵੀ ਗੱਲਾਂ ਕੀਤੀਆਂ ਬਹੁਤ ਜ਼ਿਆਦਾ ਘੈਂਟ ਸਨ। ਹਜੇ ਹੋਰ ਇੰਟਰਵਿਊ ਪਿਆ ਹੈ, ਉਹ ਅਸੀਂ ਨੈਕਸਟ ਪਾਰਟ 'ਚ ਬਣਾਵਾਂਗੇ ਫਿਰ ਕਿਸੇ ਦਿਨ। ਸੋ ਬਹੁਤ ਅੱਛਾ ਲੱਗਾ ਉਹਨਾਂ ਦੀਆਂ ਗੱਲਾਂ ਸੁਣ ਕੇ, ਬਹੁਤ ਜ਼ਿਆਦਾ ਮਜ਼ਾ ਆਇਆ। ਬਿਲਕੁਲ ਜੀ, ਬਹੁਤ ਅੱਛਾ ਇੰਟਰਵਿਊ ਸੀ, ਬਹੁਤ ਹੀ ਮਤਲਬ ਨੌਲੇਜ ਹੈ ਸਿੱਧੂ ਮੂਸੇਵਾਲੇ ਜੀ ਨੂੰ, ਉਹਨਾਂ ਨੇ ਕਿਹੜੀ ਗੱਲ ਦਾ ਜਵਾਬ ਕਿਸ ਤਰ੍ਹਾਂ ਦੇਣਾ, ਹਰ ਚੀਜ਼ ਦਾ ਆਨਸਰ ਉਹਨਾਂ ਕੋਲ ਅਵੇਲੇਬਲ ਹੈ। ਉਹਨਾਂ ਦਾ ਮਾਇੰਡ ਸੈਟ ਬਹੁਤ ਕਮਾਲ ਦਾ, ਬਹੁਤ ਅੱਛਾ ਉਹਨਾਂ ਦਾ ਮਾਇੰਡ ਹੈ ਕਿ ਹਰ ਚੀਜ਼ ਉਹਨਾਂ ਨੂੰ ਪਤਾ ਕਿ ਮੈਂ ਇਹ ਚੀਜ਼ ਕਿਸ ਤਰੀਕੇ ਨਾਲ ਹੈਂਡਲ ਕਰਨੀ ਹੈ, ਮੈਂ ਕਿਸ ਚੀਜ਼ ਨੂੰ ਜੋ ਹੈ ਇਸ ਤਰ੍ਹਾਂ ਡਿਫਾਈਨ ਕਰਨਾ, ਮੈਂ ਅਗਲੇ ਨੂੰ ਕੀ ਜਵਾਬ ਦੇਣਾ, ਕਿਸ ਤਰੀਕੇ ਨਾਲ ਜਵਾਬ ਦੇਣਾ, ਗੁੱਸੇ ਨਾਲ ਦੇਣਾ, ਪਿਆਰ ਨਾਲ ਦੇਣਾ, ਕਿਸ ਤਰ੍ਹਾਂ ਮਤਲਬ ਮੈਂ ਸਾਰਾ ਮਾਮਲਾ ਸੋਰਟ ਆਊਟ ਕਰਨਾ, ਸਭ ਕੁਛ ਉਹਨਾਂ ਨੂੰ ਪਤਾ ਹੈ। ਔਰ ਆਈ ਥਿੰਕ ਕਿ ਇਹ ਚੀਜ਼ ਜੋ ਹੈ ਉਹ ਸਭ ਤੋਂ ਵੱਡੀ ਹੁੰਦੀ ਹੈ ਇੱਕ ਇਨਸਾਨ ਦੀ ਪਰਸਨੈਲਿਟੀ 'ਚ। ਅਗਰ ਇੱਕ ਇਨਸਾਨ ਨੂੰ ਪਤਾ ਹੀ ਨਹੀਂ ਕਿ ਅਗਲਾ ਉਹ ਤੋਂ ਕੀ ਆਨਸਰ ਕਰ ਰਿਹਾ, ਮੈਂ ਕੀ ਜਵਾਬ ਦੇਣਾ, ਜਾਂ ਮੈਂ ਕੀ ਹੋ ਰਿਹਾ, ਮੈਂ ਕੀ ਕਹਾਂ ਅੱਗੇ, ਹੁਣ ਕੀ ਹੋਏਗਾ, ਅਤੇ ਉਹ ਮਤਲਬ ਕਿਸ ਚੀਜ਼ ਦਾ, ਉਹ ਤਾਂ ਇਨਸਾਨ ਜੋ ਹੈ ਉਹਨੂੰ ਸਮਝ ਹੀ ਨਹੀਂ ਆਏਗੀ ਕਿ ਉਹ ਹੁਣ ਅਗਲੇ ਦਾ ਕੀ ਜਵਾਬ ਦਿਓ, ਕਨਫਿਊਜ਼ ਨਜ਼ਰ ਆਏਗਾ। ਲੇਕਿਨ ਸਿੱਧੂ ਮੂਸੇਵਾਲੇ ਜੀ ਨੇ ਪ੍ਰੋਪਰ, ਅਗਰ ਉਹਨਾਂ ਨੇ ਗੰਨ ਰੱਖੀ ਹੋਈ ਹੈ, ਅਗਰ ਉਹਨਾਂ ਨੇ ਮਤਲਬ ਹਾਰ ਗਏ ਨੇ ਇਲੈਕਸ਼ਨ ਤੋਂ, ਹਰ ਚੀਜ਼ ਦਾ ਬਹੁਤ ਅੱਛੇ ਤਰੀਕੇ ਨਾਲ ਜਵਾਬ ਦਿੱਤਾ। ਇੰਟਰਵਿਊ ਜੋ ਹੈ ਬਹੁਤ ਹੀ ਜ਼ਿਆਦਾ ਮਜ਼ੇਦਾਰ ਸੀ, ਗੱਲਾਂ ਸੁਣਨ ਦਾ ਬਹੁਤ ਜ਼ਿਆਦਾ ਮਜ਼ਾ ਆਇਆ ਕਿ ਫਾਈਨਲੀ ਮਤਲਬ ਲਾਈਕ ਉਹ ਕਿਤੇ ਵੀ ਇਹ ਨਹੀਂ ਹੋਇਆ ਕਿ ਨਹੀਂ ਯਾਰ ਮੈਂ ਇਸ ਗੱਲ ਦਾ ਜਵਾਬ ਨਹੀਂ ਦੇਣਾ ਜਾਂ ਮੈਂ ਇਸ ਗੱਲ 'ਤੇ ਗੱਲ ਨਹੀਂ ਕਰਨਾ ਚਾਹੁੰਦਾ, ਹਰ ਗੱਲ ਦਾ ਉਹਨਾਂ ਨੇ ਬਹੁਤ ਹੀ ਖੂਬਸੂਰਤ ਜਵਾਬ ਦਿੱਤਾ। ਔਰ ਸਪੈਸ਼ਲੀ ਜੋ ਗਨ ਇਸ਼ੂ ਚੱਲ ਰਿਹਾ ਸੀ ਕਿ ਗੰਨਾਂ ਕਿਉਂ ਰੱਖੀਆਂ ਜਾਂਦੀਆਂ ਨੇ, ਅਸਲਾ ਕਿਉਂ ਰੱਖਿਆ ਜਾਂਦਾ ਹੈ, ਅਤੇ ਉਹਨਾਂ ਨੇ ਬਹੁਤ ਖੂਬਸੂਰਤ ਜਵਾਬ ਦਿੱਤਾ ਕਿ KGF ਜੋ ਹੈ ਉਸ ਮੂਵੀ 'ਚ ਤਾਂ ਪੂਰਾ ਹੀ ਜੋ ਹੈ ਗਨ ਦਿਖਾਇਆ ਗਿਆ, ਬਹੁਤ ਜ਼ਿਆਦਾ ਦਿਖਾਇਆ ਗਿਆ ਨਾ, ਅਤੇ ਫਿਰ ਉਹਦੇ ਇੰਨੇ ਏਡੇ ਵੱਡੇ ਕਿਉਂ ਪੋਸਟਰ ਲੱਗ ਰਹੇ ਨੇ, ਉਹਨੂੰ ਕਿਉਂ ਇੰਨਾ ਜੋ ਹੈ ਉਹਨੂੰ ਕਿਹਾ ਜਾ ਰਿਹਾ, ਠੀਕ ਹੈ ਉਹਦੇ 'ਤੇ ਕੋਈ ਗੱਲ ਨਹੀਂ ਕਰ ਰਿਹਾ, ਅਤੇ ਅਗਰ ਅਸੀਂ ਆਪਣੇ ਗਾਣਿਆਂ 'ਚ ਕੋਈ ਹਥਿਆਰ ਸ਼ੋਅ ਕਰਨੇ ਹਾਂ ਤਾਂ ਉਹਦੇ 'ਤੇ ਇਸ਼ੂ ਬਣਾ ਦਿੱਤਾ ਜਾਂਦਾ ਕਿ ਦੋਹਰੀ ਪੋਲਿਸੀ ਕਿ ਸਾਨੂੰ ਜੋ ਹੈ ਉਹ ਨੀਚਾ ਦਿਖਾਇਆ ਜਾਂਦਾ ਹੈ ਜਦਕਿ ਉਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ। ਔਰ ਮੈਨੂੰ ਕਹਿੰਦੇ ਨੇ ਨਾ ਕਿ ਨੀਵੇਂ ਥਾਂ ਪਾਣੀ ਆਉਂਦਾ, ਅਤੇ ਇਹੀ ਚੀਜ਼ ਜੋ ਹੈ ਪੰਜਾਬੀਆਂ ਦੀ ਹੈ ਕਿ ਉਹ ਜੋ ਵੀ ਕੰਮ ਕਰਦੇ ਨੇ, ਜੋ ਵੀ ਚੀਜ਼ ਹੁੰਦੀ ਹੈ, ਹਮੇਸ਼ਾ ਉਹਨਾਂ ਨੂੰ ਹੀ ਗਲਤ ਕਿਹਾ ਜਾਂਦਾ ਹੈ, ਬਾਕੀ ਜੋ ਹੈ ਅਗਰ ਉਹ ਵੀ ਉਸ ਤੋਂ ਜ਼ਿਆਦਾ ਗਲਤ ਕਰ ਰਹੇ ਨੇ ਤਾਂ ਕੋਈ ਨਹੀਂ ਕਹੇਗਾ ਕਿ ਤੁਸੀਂ ਗਲਤ ਕਰ ਰਹੇ ਹੋ। ਸੋ ਆਈ ਹੋਪ ਕਿ ਆਪ ਨੂੰ ਸਭ ਨੂੰ ਹੀ ਸਿੱਧੂ ਮੂਸੇਵਾਲੇ ਜੀ ਦਾ ਇੰਟਰਵਿਊ ਅੱਛਾ ਲੱਗਾ ਹੋਏਗਾ, ਔਰ ਅਗਰ ਸਾਡਾ ਰਿਐਕਸ਼ਨ ਅੱਛਾ ਲੱਗਾ ਤਾਂ ਪਲੀਜ਼ ਗਾਈਜ਼ ਚੈਨਲ ਨੂੰ ਲਾਈਕ, ਸ਼ੇਅਰ ਕਰੋ। ਥੈਂਕ ਯੂ ਸੋ ਮਚ ਫੋਰ ਵਾਚਿੰਗ। ਅੱਲਾ ਹਾਫਿਜ਼।